ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀਆਂ ਨੂੰ ਤੁਹਾਨੂੰ ਲਾਈਵ ਟਾਕ ਸ਼ੋਅ ਵਿੱਚ ਮੇਰਾ ਤੁਹਾਡੇ ਨਾਲ ਸਾਥ ਹਰ ਬੁੱਧਵਾਰ 7 ਵਜੇ ਤੋਂ ਲੈ ਕੇ 8 ਵਜੇ ਤੱਕ ਹੁੰਦਾ ਜਿਸ ਦੇ ਵਿੱਚ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਕਿਹੜੇ ਇਵੈਂਟ ਹੋਣ ਜਾ ਰਹੇ ਕਮਿਊਨਿਟੀ ਕਿਹੜੇ ਗੁੱਡ ਕੌਜ਼ ਦੇ ਲਈ ਕੀ ਪ੍ਰੋਗਰਾਮ ਉਲੀਕ ਰਹੀ ਹੈ ਉਸ ਦੀ ਇਨਫੋਰਮੇਸ਼ਨ ਲੈ ਕੇ ਆਉਣ ਦੀ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਸਾਡੇ ਸਾਰੇ ਹੀ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਤੁਸੀਂ ਹਰ ਵਕਤ ਹੀ ਸਾਡੇ ਨਾਲ ਨਾਲ ਹੀ ਚੱਲਦੇ ਹੋ ਤੁਹਾਡਾ ਸਾਨੂੰ ਅਤੇ ਸਾਡਾ ਤੁਹਾਨੂੰ ਬਹੁਤ ਸਹਿਯੋਗ ਆ ਜਿੱਥੇ ਤੁਸੀਂ ਆਪਣੇ ਬਿਜ਼ਨਸ ਨੂੰ ਵਾਧਾ ਫੁੱਲਦਾ ਦੇਖਦੇ ਆ ਉੱਥੇ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਵਾਧੇ ਆਪਣੇ ਬਿਜ਼ਨਸ ਦੇ ਵਿੱਚ ਵਾਧਾ ਕਰਦੇ ਹੋ ਅਤੇ ਉਸ ਦੇ ਨਾਲ ਨਾਲ ਅਸੀਂ ਵੀ ਤੁਹਾਡੇ ਸਹਿਯੋਗ ਦੇ ਨਾਲ ਹਮੇਸ਼ਾ ਹੀ ਕੋਸ਼ਿਸ਼ ਕਰਕੇ ਵਧੀਆ ਵਧੀਆ ਪ੍ਰੋਗਰਾਮ ਉਲੀਕ ਕੇ ਤੁਹਾਡੇ ਹੀ ਰੂਬਰੂ ਹੋ ਜਾਂਦੇ ਆ ਸੋ ਸਾਰੀ ਹੀ ਕਮਿਊਨਿਟੀ ਦਾ ਵੰਸ ਅਗੇਨ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਹਾਡੇ ਕਰਕੇ ਹੀ ਸਾਂਝਾ ਟੀ ਵੀ ਨੇ ਹੁਣ ਸ਼ੋਅ ਕੇਬਲ 'ਤੇ ਵੀ ਅਸੀਂ ਆਉਣ ਲੱਗ ਪਏ ਹਾਂ ਅਪਰੂਵ ਹੋ ਗਏ ਹਾਂ ਇਸ ਦੀ ਵੀ ਇਨਫੋਰਮੇਸ਼ਨ ਅਸੀਂ ਆਉਣ ਵਾਲੇ ਸਮੇਂ 'ਚ ਦਿੰਦੇ ਰਹਾਂਗੇ ਪਰ ਤੁਸੀਂ ਸਾਰੇ ਜਾਣਦੇ ਹੋ ਕਿ ਪਾਣੀ ਦੇ ਨਾਲ ਜਿਹੜਾ ਨੁਕਸਾਨ ਹੋਇਆ ਸਾਡੇ ਲਾਗਲੇ ਸ਼ਹਿਰਾਂ ਦੇ ਵਿੱਚ ਅਤੇ ਤੁਸੀਂ ਸਾਰੇ ਜਾਣਦੇ ਹੋ ਕਿ ਬਹੁਤ ਸਾਡੇ ਜਿਹੜੇ ਸਾਡੇ ਟਰੱਕਰਸ ਆ ਉਹ ਕਿਤੇ ਨਾ ਕਿਤੇ ਸਟੱਕ ਹੋਏ ਬੈਠੇ ਆ ਕੋਈ ਕਿਸੇ ਟਾਊਨ ਤੋਂ ਕਿਸੇ ਪਾਸੇ ਜਾ ਰਿਹਾ ਸੀ ਅਤੇ ਸਾਰੇ ਹੋਪ ਦੇ ਲਾਗੇ ਏਰੀਏ ਦੇ ਵਿੱਚ ਸਟੱਕ ਹੋਏ ਬੈਠੇ ਆ ਅਤੇ ਹਰ ਇੱਕ ਸੰਸਥਾ ਕੋਸ਼ਿਸ਼ ਕਰ ਰਹੀ ਹੈ ਕਿ ਜਿਹੜੇ ਉੱਥੇ ਬੈਠੇ ਨੇ ਜਿਹੜੇ ਪਰਿਵਾਰ ਕਿਤੇ ਜਾ ਰਹੇ ਸੀ ਰਸਤੇ ਦੇ ਵਿੱਚ ਫਸ ਗਏ ਅਤੇ ਜਾਂ ਜਿਹੜੇ ਟਰੱਕਰ ਆਪਣੀਆਂ ਕੰਮਾਂ ਕਾਰਾਂ ਤੋਂ ਆਪਣੇ ਲੋਡ ਲੈ ਕੇ ਕਿਸੇ ਹੋਰ ਸ਼ਹਿਰ ਨੂੰ ਜਾਂ ਕਿਸੇ ਸ਼ਹਿਰ ਤੋਂ ਆ ਰਹੇ ਸੀ ਇੱਧਰ ਨੂੰ ਉਹ ਸਾਰੇ ਉੱਥੇ ਸਟੱਕ ਹੋ ਗਏ ਸੋ ਘਰਦਿਆਂ ਦੇ ਬਹੁਤ ਚਿੰਤਾ ਦੀ ਗੱਲ ਹੁੰਦੀ ਆ ਪਰ ਕਮਿਊਨਿਟੀ ਅਤੇ ਜਿਹੜੇ ਸਾਡੀਆਂ ਸੰਸਥਾਵਾਂ ਨੇ ਹਮੇਸ਼ਾ ਹੀ ਜਦੋਂ ਵੀ ਕਿਤੇ ਕੋਈ ਕੁਦਰਤ ਦਾ ਕਹਿਰ ਇੱਦਾਂ ਦਾ ਹੁੰਦਾ ਆ ਬਲਿਹਾਰੀ ਕੁਦਰਤ ਵਸਿਆ ਅਸੀਂ ਕੁਛ ਨਹੀਂ ਕਰ ਸਕਦੇ ਵਾਹਿਗੁਰੂ ਦੇ ਕੁਦਰਤ ਦੇ ਅੱਗੇ ਸਾਡਾ ਜ਼ੋਰ ਨਹੀਂ ਗਾ ਅੱਗ ਅਤੇ ਪਾਣੀ 'ਤੇ ਅਸੀਂ ਕੰਟਰੋਲ ਨਹੀਂ ਪਾ ਸਕਦੇ ਇਹ ਕੁਦਰਤੀ ਆਫਤਾਂ ਆਉਂਦੀਆਂ ਨੇ ਇਹਨਾਂ ਦੇ ਨਾਲ ਅਸੀਂ ਲੜ ਕੇ ਸੰਭਲ ਕੇ ਉੱਠ ਸਕਦੇ ਹਾਂ ਮੁੜ ਕੇ ਫਿਰ ਪਰ ਅਸੀਂ ਇਹਨਾਂ ਨੂੰ ਆਉਣ ਤੋਂ ਰੋਕ ਨਹੀਂ ਸਕਦੇ ਸਾਰੀ ਹੀ ਕਮਿਊਨਿਟੀ ਬੜੀ ਤਤਪਰ ਆ ਬੜੀ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਕਮਿਊਨਿਟੀ ਉੱਥੇ ਖਾਣਾ ਪਹੁੰਚਦਾ ਕਰ ਰਹੀ ਹੈ ਜਿਹੜੀਆਂ ਜ਼ਰੂਰਤ ਦੀਆਂ ਚੀਜ਼ਾਂ ਉਹ ਪਹੁੰਚਦੀਆਂ ਕਰ ਰਹੀ ਹੈ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਇਸ ਦੇ ਨਾਲ ਨਾਲ ਅਮਰਜੀਤ ਟਡਵਾਲ ਵੀਰ ਜੀ ਸਾਂਝਾ ਟੀ ਵੀ ਐੱਫ ਵਾਈ ਆਈ ਮੀਡੀਆ BNB ਟਰੱਸਟ ਬਿਲ ਸੰਧੂ ਸਾਰੀ ਹੀ ਟੀਮ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਵੀ ਇਸ ਕਾਰਜ ਦੇ ਵਿੱਚ ਅੱਗੇ ਹੋ ਕੇ ਸਾਰੇ ਉਹਨਾਂ ਭੈਣਾਂ ਭਾਈਆਂ ਦਾ ਸਾਥ ਦੇ ਸਕੀਏ ਜਿਹੜੇ ਕਿਤੇ ਨਾ ਕਿਤੇ ਸਟੱਕ ਹੋਏ ਬੈਠੇ ਆ ਇਸ ਦੇ ਨਾਲ ਨਾਲ ਅਸੀਂ ਖਾਸ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ ਕਹਿੰਦੇ ਕਈ ਲੋਕ ਕਮਿਊਨਿਟੀ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਸੇਵਾ ਭਾਵਨਾ ਦੇ ਨਾਲ ਚੱਲਦੇ ਆਉਂਦੇ ਆ ਇਹੋ ਜਿਹੀ ਸਾਡੀ ਇੱਕ ਭੈਣ ਆ ਬਬਲੀ ਸਿੱਧੂ ਜਿਹੜੇ ਬਹੁਤ ਲੰਬਾ ਸਮਾਂ ਸਰੀ 'ਚ ਰਹੇ ਸੀ ਅਤੇ ਹੁਣ ਪਿਛਲੇ ਥੋੜ੍ਹੇ ਕੁ ਸਮੇਂ ਤੋਂ ਚਿਲਾ ਵੈਕ 'ਚ ਰਹਿੰਦੇ ਨੇ ਉਹਨਾਂ ਦੀ ਆਪਣੀ ਬੇਟੀ ਪੇਜ ਸਿੱਧੂ ਜਿਹੜੀ ਕਿ ਐਬਸਫੋਰਡ ਦੇ ਵਿੱਚ ਸਟੱਕ ਬੱਚੀ ਬੈਠੀ ਆ ਪਰ ਮੈਨੂੰ ਬੜਾ ਚੰਗਾ ਲੱਗਾ ਜਦੋਂ ਪੇਜ ਦੇ ਨਾਲ ਮੇਰੀ ਗੱਲਬਾਤ ਹੋਈ ਅਤੇ ਪੇਜ ਹੁਣਾਂ ਨੇ ਦੱਸਿਆ ਕਿ ਉਹਨਾਂ ਦੇ ਨੋਨ ਆ ਬਹੁਤ ਹੀ ਖਾਸ ਉਹਨਾਂ ਦੇ ਜਾਣ ਪਹਿਚਾਣ ਦੇ ਵਿੱਚ ਆ ਜਿਹੜੇ ਮਦਦ ਕਰ ਸਕਦੇ ਆ ਸਾਡੀ ਫੂਡ ਉੱਥੇ ਲੈ ਕੇ ਜਾਣ ਨੂੰ ਤੁਸੀਂ ਸਾਰੇ ਜਾਣਦੇ ਹੋ ਰਿਚੀ ਬ੍ਰਦਰਸ ਦੇ ਫਾਊਂਡਰ ਜਿਹੜੇ ਰਸ ਸਿਮੋਲਿਕ ਆ ਬੜੇ ਡਾਊਨ ਟੂ ਅਰਥ ਇਨਸਾਨ ਆ ਜਿਨ੍ਹਾਂ ਨੇ ਬੜੀ ਖੁੱਲ੍ਹ ਦਿਲੀ ਦੇ ਨਾਲ ਸਾਡੇ ਨਾਲ ਗੱਲ ਕਰਕੇ ਕਿਹਾ ਕਿ ਮੈਂ ਆਪਣਾ ਹੈਲੀਕਾਪਟਰ ਲੈ ਕੇ ਤੁਹਾਡੇ ਨਾਲ ਜਾਣ ਨੂੰ ਤਿਆਰ ਆ ਜਿੱਥੇ ਵੀ ਤੁਸੀਂ ਫੂਡ ਡਿਲੀਵਰ ਕਰਨਾ ਅਤੇ ਰਸ ਸਮੋਲਿਕ ਜਿੱਥੇ ਇੰਨੇ ਡਾਊਨ ਟੂ ਅਰਥ ਇਨਸਾਨ ਆ ਇਨਸਾਨੀਅਤ ਦੇ ਨਾਲ ਜੁੜ ਕੇ ਕੰਮ ਕਰਦੇ ਆ ਕਾਫੀ ਦਿਨਾਂ ਤੋਂ ਜਦੋਂ ਤੋਂ ਆਫਤ ਆਈ ਆ ਉਹ ਇਕੱਲੇ ਹੀ ਉੱਧਰੋਂ ਜਿਹੜੇ ਫਸੇ ਲੋਕ ਆ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਦਾ ਕਰ ਰਹੇ ਆ ਉੱਥੇ ਅੱਜ ਮੈਨੂੰ ਉਹਨਾਂ ਦੇ ਨਾਲ ਜਾਣ ਦਾ ਮੌਕਾ ਮਿਲਿਆ ਸੋ ਸਾਂਝਾ ਟੀ ਵੀ ਦੀ ਟੀਮ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਅਤੇ ਹੋਰ ਸਾਰੀਆਂ ਹੀ ਜਿੰਨੇ ਵੀ ਸਾਡੇ ਵੋਲੰਟੀਅਰ ਆ ਸਾਰਿਆਂ ਵੱਲੋਂ ਸਮਾਨ ਹੈਲੀਕਾਪਟਰ ਦੇ ਵਿੱਚ ਲੱਦਿਆ ਗਿਆ ਅਤੇ ਰਸ ਸਮੋਲਿਕ ਦੇ ਨਾਲ ਮੈਨੂੰ ਜਾਣ ਦਾ ਮੌਕਾ ਮਿਲਿਆ ਜਿੱਥੇ ਅਸੀਂ ਹੋਪ ਦੇ ਲਾਗੇ ਇੱਕ ਛੋਟਾ ਜਿਹਾ ਟਾਊਨ ਆ ਜਿੱਥੇ ਅਸੀਂ ਉਹ ਫੂਡ ਡਿਲੀਵਰ ਕਰਨ ਗਏ ਸੀ ਉੱਥੇ ਤਕਰੀਬਨ 240 ਕੁ ਲੋਕ ਜਿਹੜੇ ਸਟੱਕ ਹੈਗੇ ਆ ਪਰ ਬੜੀ ਫਰਾਕ ਦਿਲੀ ਦੇ ਨਾਲ ਬੜੀ ਖੁਸ਼ ਦਿਲੀ ਦੇ ਨਾਲ ਸਾਰੀ ਹੀ ਕਮਿਊਨਿਟੀ ਦਾ ਉਹਨਾਂ ਨੇ ਹੱਥ ਜੋੜ ਕੇ ਥੈਂਕ ਯੂ ਕੀਤਾ ਕਿ ਤੁਸੀਂ ਉਹਨਾਂ ਦਾ ਸੋਚ ਰਹੇ ਹੋ ਉਹਨਾਂ ਤੱਕ ਜ਼ਰੂਰਤ ਦੀਆਂ ਚੀਜ਼ਾਂ ਪਹੁੰਚੀਆਂ ਪਰ ਹਾਲੇ ਵੀ ਉੱਥੇ ਬੱਚਿਆਂ ਨੂੰ ਡਾਇਪਰਸ ਚਾਹੀਦੇ ਆ ਬੇਬੀ ਫੂਡ ਚਾਹੀਦਾ ਬਲੈਂਕਟਸ ਚਾਹੀਦੇ ਆ ਔਰ ਮੋਟੀਆਂ ਜੈਕਟਾਂ ਜਾਂ ਇੱਦਾਂ ਦਾ ਸਮਾਨ ਚਾਹੀਦਾ ਆ ਸੋ ਜੇ ਤੁਸੀਂ ਕੋਈ ਵੀ ਦਸਵੰਧ ਆਪਣਾ ਕੱਢਣਾ ਚਾਹੁੰਦੇ ਹੋ ਤੁਸੀਂ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਜਾਂ ਗੁਰੂ ਨਾਨਕ ਫੂਡ ਬੈਂਕ ਗੁਰੂ ਨਾਨਕ ਮੋਦੀਖਾਨਾ 'ਤੇ ਜਾਂ ਤੁਸੀਂ ਸਾਂਝਾ ਟੀ ਵੀ ਦੇ ਨਾਲ ਕੋਂਟੈਕਟ ਕਰ ਸਕਦੇ ਹੋ ਸਕਰੀਨ 'ਤੇ ਦਿੱਤੇ ਨੰਬਰਾਂ 'ਤੇ
ते तुसी अपना दसवंध दे सकते हो। कल फिर साडे नाल रस समोलिक जाणगे, असी फिर हैलीकॉप्टर दे विच दो तीन सारे दिन दे विच जिन्ने चक्कर लगे ये फूड उत्थे तक पहुँचाउण दी कोशिश की जाएगी। सो पैनिक होने की लोड़ नहीं, बहुत सारे लोग परेशान होए आ कि दुध नहीं मिल रहा स्टोरां दे उत्तों, जां फूड महंगा हो रहा, जां तेल मुक जाना, तेल नहीं मुक रहा। पैनिक ना होवो तुसी प्लीज़, जिवें असी कोविड दे विच बहुत पैनिक हो गए सी, समान लिया के पाइलअप करना शुरू कर दिता सी घरां दे विच, इहो जिहा कुछ ना करो। जिथे सोच के देखो कि वह भी लोग इस दुनिया ते अज बैठे आ जिन्हां दे कोल अपना घर भी नहीं, वह भी पानी दे नाल भर गया, पानी भरिया घरां दे विच, जो तन ते कपड़े पाए उह ही लै के वह बाहर बैठे आ, सबर जान बच गई। चीज़ों का की है, चीज़ों का मोह नहीं करना चाहिए, फिर बन जाती है, दो हाथ वाहगुरु ने दिते आ, मेहनत करांगे फिर बना लाँगे। ये कुदरती आफत है, असी इहदे नाल लड़ नहीं सकते, जान इंसान की बच गई यही बहुत आ। सो असी कोशिश करिए कि असी एक दूजे दे नाल रल के चलीए, एक दूजे दे नाल असी मोढ़े ना मोढ़ा ला के चलीए, ते जिथे जरूरत आ कम्यूनिटी दे विच उत्थे असी जरूर पहुँच करिए। सो वंस अगेन थैंक यू बबली भैन जी, तुहाडा ते थैंक यू पेज बच्चे, बहुत प्राउड फील हुंदा जब साडी कम्यूनिटी दे बच्चे अगाह वधदे आ। आने वाले समय च बच्चे नूं जरूर तुसी किसे वधिया अहुदे ते जरूर देखोगे, बड़ी मेहनती कुड़ी आ। ते आ जिहड़ा महीना नवंबर दा, इस महीने दे विच धन धन श्री गुरु नानक देव जी उन्हां दा आगमन दिवस आ, तुसी सारे जानते हो। असी हमेशा ही बड़े चावां दे नाल इन्हां दिनां नूं सैलीब्रेट करते हैं, क्योंकि साडी होंद आ साडे सिखां दे पहले पातशाह, ते सानूं चाह चढ़ जांदा इस दिन नगर कीर्तन हो रहा पेंडेमिक तो बाद पहली वारी साडे शहर दे विच। ते पिक्स सोसाइटी नूं अज तो नहीं, मैं पता नहीं किन्ने सालों तो जानती हाँ पिक्स नूं, जिहड़े भी लोगों को कदे कोई हैल्प चाहिए हुंदी, कोई मदद चाहिए हुंदी आ, नवे आए आ इत्थे, असी उन्हां नूं कहिंदा तुसीं पिक्स ते चले जाओ, तुहाडी मदद करनगे, गाइड करीदा। सो बड़े लंबे समय तो यह सोसाइटी जिहड़ी कम्यूनिटी की सेवा करती आ रही है। तो जो धन धन श्री गुरु नानक देव जी का 550वां आगमन पुरब से, उस वेले इन्हां ने इस सोसाइटी ने एक सुपना देखिया सी कि गुरु नानक देव जी के नाँ ते एक डायवर्सिटी विलेज होवे, जिथे उन्हां बजुर्गों की सेवा की जा सके, जेडे मैडिकल पक्षों कि ना कि परिवार के जिया के इदा नहीं कि परिवार सामभदा नहीं बजुर्गों, पर कई बार हालत हालात यहो जहा हो जाते हैं कि वह उन्होंने छड़ना ही पैंदा आ कितने केयर दे। सो एक डायवर्सिटी विलेज बना जा रहे हैं। सो सुपना तो 550वें ते देखिया सी, पर वह कदों पूरा होना आ, कदों उसकी नींह रखी जानी आ, किन्नी उहदे लई फंडिंग चाहीदी आ, इहदे लई पिक्स वालों एक टैलीथॉन ते रेडियोथॉन करवाया जा रहा। सो शुक्रवार नूं 19 तरीक नूं जिस दिन गुरु नानक देव जी का आगमन पुरब आ, उस दिन लाइव जिहड़ा रेडियो ते टैलीविजन ते रेडियोथॉन ते टीवी थॉन होवेगा, जिस दे विच फंडिंग इकट्ठी की जाएगी, तो जिस नूं इस नेक काम दे विच लाया जाएगा। तुसी अपना दसवंध उस दिन कढ सकते हो, तुहानू दसांगे किहड़े नंबरां ते तुसी कॉल करनी है, किहड़ी वैबसाइट ते तुसी जाना, ते जां वॉक इन करके जे तुसी डोनेशन देण आउणा ते तुसी कित्थे जाना। सो पिक्स दे सीईओ सतबीर सिंह चीमा अज साडे स्टूडियो च आए आ, उन्हां नूं जी आया कहिंदे आ, उन्हां दे नाल गलबात करदे आ, ते उन्हां दे कोलों होर जानकारी जाणदे आ। सतबीर जी, जी आयां नूं जी मेरे वल्लों तुहानू सति श्री अकाल जी। थैंक यू वेरी मच सतवीर जी, तुसी अपना समां दित्ता, असीं जाणदे हां बहुत बिजी हां तुसी, क्योंकि तुसी बहुत वड्डी जिम्मेवारी कम्यूनिटी दी एक अपने कह लो कि तुहाडे सारे जिन्ने वॉलंटियर आ, जिन्ने सेवादार आ, तुसी एक चक्की बैठे हो, बहुत बिजी हो, पर फिर भी धन्नवाद तुहाडा कि तुसी समां दित्ता। थैंक यू तुहानू इत्थे बुलाउण दा जी। ते मैं तुहाडे तों जानना चाहूंगी कि कदों तों तुसी पिक्स दे नाल हो जी, किन्ना कु समां हो गया तुसी पिक्स दे नाल सेवा निभा रहे हो? ਮੈਨੂੰ ਆਲਮੋਸਟ 23.5 ਸਾਲ ਹੋ ਗਏ ਨੇ ਜੀ। 23.5 ਸਾਲ ਤੋਂ ਸੇਵਾ ਨਿਭਾ ਰਹੇ ਹੋ, ਕੀ ਬਾਤ ਹੈ। ਐਜ਼ ਅ ਫਰੰਟ ਲਾਈਨ ਵਰਕਰ ਜੁਆਇਨ ਕੀਤਾ ਸੀ ਪਿਕਸ 1998 ਮਾਰਚ ਵਿੱਚ ਜੀ, ਤੇ ਉਦੋਂ ਸਾਡੇ ਜਿਹੜੇ ਫਾਊਂਡਿੰਗ ਸੀਓ ਚਰਨਪਾਲ ਗਿੱਲ ਜੀ, ਉਹ ਉਹਨਾਂ ਨੇ ਮੈਨੂੰ ਹਾਇਰ ਕੀਤਾ ਸੀਗਾ, ਤੇ ਨਾਲ ਮੇਰੀ ਖੁਸ਼ਕਿਸਮਤੀ ਆ ਕਿ ਮੈਂ ਉਹਨਾਂ ਦੇ ਅੰਡਰ ਟ੍ਰੇਨਿੰਗ ਲਈ ਉਹਨਾਂ ਤੋਂ ਬੜਾ ਕੁਛ ਸਿੱਖਿਆ, ਅਤੇ ਤੁਹਾਨੂੰ ਪਤਾ ਹੀ ਹੈ ਕਮਿਊਨਿਟੀ ਦੇ ਐਡੇ ਵੱਡੇ ਕਾਦਰ ਸੀਗੇ ਵਰਕਰ, ਜਿੱਥੇ ਜਾਂਦੇ ਜਿੱਥੇ ਲੋੜ ਹੁੰਦੀ ਹਰ ਜਗ੍ਹਾ ਪਹੁੰਚਦੇ ਸੀਗੇ, ਹਰ ਇਸ਼ੂ ਨੂੰ ਚੁੱਕਦੇ ਸੀਗੇ,
उन्होंने ये पिट सोसाइटी शुरू की 1987 अठ उन्होंने नाल सज्जन रले सीगे जिन्होंने $10-$10 इकट्ठे करके $80 इकट्ठे करके पिक सोसाइटी रजिस्टर कराई सी ते चलाई सी। करदे करदे वेखो कित्थों तक उह लाए, जदों रिटायर होए ते साडे कोल आलमोस्ट 125-150 स्टाफ सीगा ते 8 million दी साडी जिहड़ी आ ऑर्गनाइजेशन ऑपरेशन बजट जी बन गई सी। सो बहुत ज़्यादा उन्होंने पिक्स नूं की बाकी कम्यूनिटी जी बड़े काम किए ते सो मैनू उन्हां नाल काम करदे करदे हुण देख लो सोसाइटी 23 साल हो चुके हैं जी। जदों रिटायर होए उदों फिर मैनू मौका मिलिया सीगा कि सेवा अगे वधाउण दा ते मैनू उन्हां सीईओ बनाता सीगा। क्या बात है। बिल्कुल सतबीर सिंह जी, जदों असीं गल करदे आ कम्यूनिटी दे, बहुत लोग इस सोसाइटी तो बड़ा बड़ा कुछ सीखते हैं जिंदगी अगे वधन दे लई। सो बहुत हैल्प हुंदी है उन्हां दे जिहड़े नवें इन्हां मुल्कां दे विच आउंदे आ। और हुण जिहड़ा एक प्रोजैक्ट सोचिया आ जिहड़ा 550वां जिहड़ा आगमन पुरब सी गुरु साहिब दा, उदों सोचिया सीगा ते उदों नां रखिया सी, और हुण 553वां जिहड़ा गुरु साहिब दा जन्म दिन आ रहा हैगा। सो मैं थोड़ा जिहा इस प्रोजैक्ट बारे जानना चाहूँगी कि इहो प्रोजैक्ट किवें तुहाडे जहन दे विच आया इह प्रोजैक्ट नूं लै के आउण लई। ਇਹ ਪ੍ਰੋਜੈਕਟ ਜਿਹੜੀ ਹੈ ਨਾ 5-6 ਸਾਲ 7 ਸਾਲ ਪੁਰਾਣਾ ਅਸੀਂ ਸ਼ੁਰੂ ਕੀਤਾ ਹੋਇਆ ਸੀਗਾ, ਇਹਦੇ ਲਈ ਜ਼ਮੀਨ ਵੀ ਲੈ ਲਈ ਸੀਗੀ। ਪਰ ਗੱਲ ਇਹ ਹੈ ਕਿ ਐਡਾ ਵੱਡਾ ਪ੍ਰੋਜੈਕਟ ਆ, ਜਦ ਤੱਕ ਸਰਕਾਰ ਇਹਨੂੰ ਮਨਜ਼ੂਰੀ ਨਹੀਂ ਸੀ ਦਿੰਦੀ ਇਹ ਅੱਗੇ ਨਹੀਂ ਸੀ ਚੱਲ ਸਕਦਾ ਜੀ। ਅਤੇ ਸਾਡੀ ਖੁਸ਼ਕਿਸਮਤੀ ਆ ਵੀ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੇ ਇਹਨੂੰ ਮਨਜ਼ੂਰੀ ਦਿੱਤੀ, ਜਿਹੜੇ ਸਾਡੇ ਲੋਕਲ MLA ਨੇ ਸਾਰਿਆਂ ਨੇ ਸਾਥ ਦਿੱਤਾ, ਅਤੇ ਖਾਸ ਤੌਰ 'ਤੇ ਜਿਹੜੇ ਸਾਡੇ ਹੈਲਥ ਮਿਨਿਸਟਰ ਸਾਹਿਬ ਨੇ ਐਡਰੀਅਨ ਡਿਕਸ, ਉਹਨਾਂ ਨੇ ਕਿਹਾ ਵੀ ਨਹੀਂ ਇਹ ਬਹੁਤ ਜ਼ਰੂਰੀ ਲੋੜ ਹੈ ਕਮਿਊਨਿਟੀ ਦੀ, ਬਜ਼ੁਰਗਾਂ ਲਈ, ਅਤੇ ਇਹ ਹਰ ਹਾਲ 'ਚ ਅਸੀਂ ਬਣਾਉਣਾ ਹੀ ਬਣਾਉਣਾ। ਅਤੇ ਉਹਨਾਂ ਪ੍ਰੀਮੀਅਰ ਸਾਹਿਬ ਨੂੰ ਬਾਕੀ ਸਾਰਿਆਂ ਨੇ ਰਲ ਕੇ ਕਿਹਾ ਵੀ ਇਹ ਜਿਹੜੀ ਪਿਕ ਸੁਸਾਇਟੀ ਹੈ ਇਹਨਾਂ ਨੂੰ ਹੀ ਦੇ ਦਿਓ, ਕਿਉਂਕਿ ਪਹਿਲਾਂ ਵੀ ਅਸੀਂ ਤੁਹਾਨੂੰ ਪਤਾ ਨਾ ਸਾਡੇ ਕੋਲ ਸੀਨੀਅਰ ਫੈਸਿਲਿਟੀ ਜਿੱਥੇ ਇੰਡੀਪੈਂਡੈਂਟ ਲਿਵਿੰਗ ਆ, ਅਸਿਸਟਡ ਲਿਵਿੰਗ ਆ, ਅਡਲਟ ਡੇ ਕੇਅਰ, ਅਤੇ ਇਹ ਨੈਕਸਟ ਸਟੇਜ ਆ ਜਾਂਦੀ ਜਿੱਥੇ ਆਪਣੇ ਜੇ ਬਜ਼ੁਰਗ ਕਿਸੇ ਹੋਰ ਫੈਸਿਲਿਟੀ ਜਾਂਦੇ ਆ ਤਾਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਸੀਗੀ, ਨਾ ਉਹ ਆਪਣੀ ਬੋਲੀ ਬੋਲ ਸਕਦੇ ਸੀਗੇ, ਨਾ ਖਾਣਾ ਮਿਲਦਾ ਸੀ, ਨਾ ਆਪਣਾ ਪਹਿਰਾਵਾ, ਜਿਹੜਾ ਮਤਲਬ ਡਿਫਰੈਂਟ ਜਿਹਾ ਨਾ ਮਾਹੌਲ ਹੁੰਦਾ ਅਤੇ ਮਾਯੂਸੀ ਹੋ ਜਾਂਦੀ ਸੀਗੀ। ਸੋ ਇਸ ਕਰਕੇ ਇਹ ਸੋਚਿਆ ਗਿਆ ਵੀ ਨਹੀਂ, ਆਪਣੀ ਕਮਿਊਨਿਟੀ ਲਈ ਵੀ ਇੱਕ ਚਾਹੀਦੀ ਹੈ ਇੰਸਟੀਟਿਊਟ, ਜਿਹੜੀ ਜਿੱਥੇ ਉਹ ਆਪਣੇ ਬਜ਼ੁਰਗ ਰਹਿ ਸਕਣ, ਅਤੇ ਜਦੋਂ ਉਹਨਾਂ ਦਾ ਅਖੀਰਲਾ ਟਾਈਮ ਆ ਰਿਹਾ ਜਦੋਂ ਸਭ ਤੋਂ ਜ਼ਿਆਦਾ ਉਹਨਾਂ ਨੂੰ ਲੋੜ ਆ, ਅਤੇ ਉਹ ਆਪਣੀਆਂ ਜਿਹੜੀਆਂ ਨਾ ਇੰਜੋਏ ਕਰ ਸਕਣ, ਆਪਣੀ ਬੋਲੀ, ਆਪਣਾ ਖਾਣਾ, ਆਪਣੇ ਜਿਹੜੇ ਉਹਨਾਂ ਦੀਆਂ ਕਸਟਮਸ ਨੇ ਉਹ ਇੰਜੋਏ ਕਰਨ, ਉਸ ਲਈ ਜਿਹੜੀ ਹੈ ਨਾ ਪ੍ਰੋਜੈਕਟ ਅਸੀਂ ਕੰਸੀਵ ਕੀਤਾ ਸੀਗਾ। ਇਹ ਕਿੰਨਾ ਵੱਡਾ ਪ੍ਰੋਜੈਕਟ ਹੈਗਾ ਆ, ਕਿਉਂਕਿ ਅਕਸਰ ਦੇਖਿਆ ਜਾਵੇ ਇਹੋ ਜਿਹੇ ਵੱਡੇ ਪ੍ਰੋਜੈਕਟਾਂ ਦੇ ਲਈ ਫੰਡਿੰਗ ਬਹੁਤ ਹੁੰਦੀ ਆ। ਸੋ ਇਹ ਕਿੱਡਾ ਵੱਡਾ ਪ੍ਰੋਜੈਕਟ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਦੇਖੋ ਇਹ ਹੈਗਾ 125 ਬੈਡ ਫੈਸਿਲਿਟੀ ਬਣਨੀ ਆ, ਅਤੇ 3 ਫਲੋਰ ਹੈਗੇ ਇਹਦੇ ਜੀ, ਅਤੇ ਇਹਦਾ ਟੋਟਲ ਬਜਟ ਕੈਪੀਟਲ ਬਜਟ ਹੈਗਾ 82.5 million। ਹਾਂਜੀ, ਜਿਹ 'ਚੋਂ 77.5 ਜਿਹੜਾ ਉਹ ਸਾਨੂੰ ਸਰਕਾਰ ਨੇ ਦੇਣਾ ਥਰੂ BC ਹਾਊਸਿੰਗ, ਅਤੇ 5 million ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਕਮਿਊਨਿਟੀ ਤੋਂ ਇਕੱਠਾ ਕਰੋ, ਕਿਉਂਕਿ ਕਮਿਊਨਿਟੀ ਲਈ ਬਣ ਰਿਹਾ, ਕਮਿਊਨਿਟੀ ਨੇ ਵਰਤਣਾ, ਅਤੇ ਕਹਿੰਦੇ ਵੀ ਕਮਿਊਨਿਟੀ ਦਾ ਸਾਥ ਤਾਂ ਦਿਖਾਓ। ਗੱਲ ਵੀ ਠੀਕ ਆ। ਸੋ ਉਸੇ ਕਰਕੇ ਸਾਨੂੰ ਫਿਰ ਇਹ ਜਿਹੜਾ ਨਾ ਫੰਡ ਰੇਜ਼ਿੰਗ ਕਰਨੀ ਪੈ ਰਹੀ, ਕਿਉਂਕਿ ਸਾਡਾ ਉਹਨਾਂ ਨਾਲ ਵਾਅਦਾ ਹੈ, ਸਾਡੀ ਐਗਰੀਮੈਂਟ ਹੈ, ਐਂਡ ਸਾਨੂੰ ਮੈਨੂੰ ਪੂਰਾ ਕੌਨਫੀਡੈਂਸ ਹੈ ਕਿ ਜਿਹੜੀ ਸਾਡੀ ਟੀਮ ਹੈ ਅਤੇ ਸਾਡੀ ਜਿਹੜੀ ਕਮਿਊਨਿਟੀ ਹੈ ਖਾਸ ਤੌਰ 'ਤੇ, ਉਹਨਾਂ ਨੇ ਇਹ ਟੀਚਾ ਬੜੀ ਛੇਤੀ ਪੂਰਾ ਕਰ ਦੇਣਾ ਜੀ। ਹਾਂਜੀ, ਅਤੇ ਹੁਣ ਤੁਸੀਂ ਦੱਸਿਆ ਕਿ ਇਹ ਜਿਹੜਾ ਇਹ ਬਜਟ ਆ ਇਹਦਾ ਇੰਨਾ ਆ, ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਹੁਣ ਸਾਡੀ ਕਮਿਊਨਿਟੀ ਵਿੱਚ ਹੋਰ ਵੀ ਬਹੁਤ ਸਾਰੇ, ਪਹਿਲਾਂ ਜਿੱਦਾਂ ਫਿਊਨਰਲ ਹਾਲ ਸੀ ਉਹ ਵੀ ਸੀ, ਉਹਦੇ ਵਿੱਚ ਲੋਕਾਂ ਨੇ ਪਹਿਲਾਂ ਹੀ ਇਨਵੈਸਟ ਕੀਤਾ ਸੀ ਕੁਛ, ਇੱਦਾਂ ਇਵੇਂ ਦਾ ਵੀ ਕੋਈ ਪਲਾਨ ਹੈਗੇ ਆ ਵਿੱਚ ਕਿ ਜੇ ਕੋਈ ਪਰਿਵਾਰ ਚਾਹੁੰਦਾ ਹੋਵੇ ਆਪਣੇ, ਜਿੱਦਾਂ ਹਰ ਕਈ ਬਜ਼ੁਰਗਾਂ ਦੀ ਜਾਂ ਕਈ ਮੇਰੇ ਵਰਗੀ ਸੋਚੇ ਕਿ ਮੈਂ ਜਿਹੜੀ ਆਪਣੀ ਬਜ਼ੁਰਗ ਅਵਸਥਾ ਆ ਮੈਂ ਉਹ ਪਰਿਵਾਰ 'ਤੇ ਬੋਝ ਨਹੀਂ ਬਣਨਾ, ਮੈਂ ਆਪਣੇ ਆਪ ਹੀ ਰਹਿਣਾ ਚਾਹੁੰਦੀ ਹਾਂ, ਅਤੇ ਜੇ ਕੋਈ ਮੇਰੇ ਵਰਗਾ ਜਾਂ ਕੋਈ ਸੋਚੇ ਹਾਂ ਕਿ ਆਉਣ ਵਾਲੇ 10 ਸਾਲਾਂ ਬਾਅਦ ਮੈਂ ਆਪਣੇ ਆਪ ਨੂੰ ਉੱਥੇ ਦੇਖਣਾ ਅਤੇ ਮੈਂ ਹੁਣ ਇੰਨਾ ਇਨਵੈਸਟ, ਇੱਦਾਂ ਵੀ ਕੁਛ ਹੈ ਪਲਾਨ? ਨਹੀਂ, ਇਹ ਦੇਖੋ ਇਹ ਜਿਹੜੀ ਫੈਸਿਲਿਟੀ ਹੈ ਨਾ 100% ਗਵਰਨਮੈਂਟ ਫੰਡਡ ਹੈ, ਤੇ ਫਰੇਜ਼ਰ ਹੈਲਥ ਨੇ ਇਹਨੂੰ ਰੈਫਰ ਕਰਨਾ, ਉੱਥੋਂ ਹੀ ਰੈਫਰ ਹੋ ਕੇ ਆਇਆ ਕਰਨਗੇ, ਜਿਹੜਾ ਵੀ ਇੱਥੇ ਰੈਜ਼ੀਡੈਂਟ ਹੋਣਾ ਉਹਨਾਂ ਨੇ ਅਸੈਸ ਕਰਨਾ, ਉਹਨਾਂ ਦੇ ਥਰੂ ਹੀ ਆਉਣਾ। ਸਾਡਾ
ਇਹਦੇ 'ਚ ਐਡਮਿਟ ਕਰਨ 'ਚ ਕੋਈ ਰੋਲ ਨਹੀਂ ਗਾ। ਸਾਡਾ ਉਹਨੂੰ ਚਲਾਉਣ 'ਚ ਰੋਲ ਹੋਣਾ, ਉਹ ਵੀ ਸਾਰੀ ਜਿਹੜੀ ਚਲਾਉਣ ਦੀ ਓਪਰੇਸ਼ਨਲ ਫੰਡਿੰਗ ਉਹ ਵੀ ਫਰੇਜ਼ਰ ਹੈਲਥ ਨੇ, ਉਹਨਾਂ ਦੇ ਅੰਡਰ ਹੀ ਸਾਰਾ ਹੋਣਾ, ਉਹਨਾਂ ਦੀਆਂ ਗਾਈਡਲਾਈਨਸ ਦੇ ਮੁਤਾਬਕ ਸਾਨੂੰ ਸਾਰਾ ਕੰਮ ਕਰਨਾ ਪੈਣਾ। ਇਨਫੈਕਟ ਜਿਹੜੀ ਬਿਲਡਿੰਗ ਵੀ ਬਣ ਰਹੀ ਹੈ ਉਹਨਾਂ ਦੇ ਪਲਾਨ ਦੇ ਮੁਤਾਬਕ, ਉਹਨਾਂ ਦੇ ਜਿਹੜੇ ਕੰਸਲਟੈਂਟਸ ਨੇ, ਐਕਚੁਲੀ ਇਹਦੇ ਲਈ ਨਾ ਉਹਨਾਂ ਨੇ ਓਵਰਸਾਈਟ ਕਮੇਟੀ ਇੱਕ ਬਣਾਈ ਹੋਈ ਹੈ, ਜਿਹਦੇ ਵਿੱਚ ਦੋ ਸੀਨੀਅਰ ਮੈਂਬਰ ਫਰੇਜ਼ਰ ਹੈਲਥ ਦੇ ਨੇ, ਇੱਕ ਮਿਨਿਸਟਰੀ ਆਫ ਹੈਲਥ ਦੇ ਨੇ, ਇੱਕ ਬੀ ਸੀ ਹਾਊਸਿੰਗ ਦੇ ਨੇ ਅਤੇ ਇੱਕ ਪਿਕਸ ਦੇ ਨੇ। ਪਲੱਸ ਸਾਰਿਆਂ ਦੇ ਨਾਲ ਨਾਲ ਇੱਕ ਇੱਕ ਉਹਨਾਂ ਨੇ ਸਟੈਂਡ ਬਾਏ ਬੈਕਅਪ ਮੈਂਬਰ ਰੱਖਿਆ ਹੋਇਆ। ਇਸ ਤੋਂ ਇਲਾਵਾ ਫਰੇਜ਼ਰ ਹੈਲਥ ਦੇ ਅਤੇ ਬੀ ਸੀ ਹਾਊਸਿੰਗ ਦੇ ਕਿੰਨੇ ਹੀ ਜਿਹੜੇ ਨਾ 10-12 ਟੋਪ 'ਤੇ ਜਿਹੜੇ ਕੰਸਲਟੈਂਟ ਨੇ, ਜਿਨ੍ਹਾਂ ਨੇ ਆਲਰੇਡੀ ਇਹੋ ਜਿਹੀਆਂ ਬਿਲਡਿੰਗਸ ਬਣਾਈਆਂ ਨੇ, ਪਲਾਨ ਕੀਤੀਆਂ ਨੇ, ਉਹ ਸਾਰਾ ਕੁਝ ਰਿਵਿਊ ਕਰਦੇ ਨੇ। ਸੋ ਜਿਹੜੀ ਵੀ ਇਹਦੀ ਕੋਈ ਡਿਸੀਜ਼ਨ ਹੁੰਦੀ ਹੈ ਇਸ ਪ੍ਰੋਜੈਕਟ ਦੇ ਮੁਤਲਕ, ਉਹ ਸਾਰੇ ਉਹਨਾਂ ਦੀ ਮਨਜ਼ੂਰੀ ਦੇ ਨਾਲ ਹੀ ਹੁੰਦੀ, ਭਾਵੇਂ ਕਿਸੇ ਨੂੰ ਹਾਇਰ ਕਰਨਾ, ਕਿਸੇ ਨੂੰ ਕੋਈ ਕੰਟਰੈਕਟ ਦੇਣਾ ਜਾਂ ਕੋਈ ਉਹ 'ਚ ਚੇਂਜ ਆਰਡਰ ਆਉਣਾ, ਐਵਰੀਥਿੰਗ ਇਜ਼ ਮੋਨੀਟਰਡ ਐਂਡ ਓਵਰਸੀਨ ਬਾਏ ਦੈਟ ਕਮੇਟੀ। ਸੋ ਕਦੋਂ ਕਿ ਇਹਦੀ ਸ਼ੁਰੂਆਤ ਕਰਨ ਦੇ ਬਾਰੇ ਸੋਚਿਆ ਹੈਗਾ, ਜਦੋਂ ਇਹੋ ਜਿਹੜਾ ਫੰਡਿੰਗ ਜਿਹੜੀ ਕਮਿਊਨਿਟੀ ਨੇ ਇਕੱਠੀ ਕਰਨੀ ਹੈ, ਜਦੋਂ ਇਹ ਇਕੱਠੀ ਹੋ ਗਈ ਉਦੋਂ ਹੀ ਇਹ ਪ੍ਰੋਜੈਕਟ ਸ਼ੁਰੂ ਹੋਵੇਗਾ? ਕਿੰਨੀ ਇਹਦੀ ਫੰਡਿੰਗ ਹੋਈ ਹੈ ਜਾਂ ਪਹਿਲਾਂ ਵੀ ਤੁਸੀਂ ਕੋਈ ਕੀਤੀ ਹੈ ਫੰਡਿੰਗ? ਇਹਦੇ 'ਚ ਇੱਦਾਂ ਕਿ ਆਲਰੇਡੀ ਅਸੀਂ ਪ੍ਰੀ ਕੰਸਟਰਕਸ਼ਨ ਸਟੇਜ 'ਚ ਹਾਂ। ਕਿਹੜੀ, ਮਾਫ ਕਰਨਾ, ਮੈਂ ਇਹ ਜਾਣਨਾ ਚਾਹੂੰਗੀ ਕਿਹੜੇ ਏਰੀਏ 'ਚ ਬਣ ਰਿਹਾ? ਹਾਂਜੀ, ਇਹ ਬਣ ਰਿਹਾ ਜੀ ਕਲੋਵਰਡੇਲ ਵਿੱਚ 175A ਅਤੇ 64 'ਤੇ, 64 'ਤੇ ਤੋਂ 175 'ਤੇ। ਹਾਂਜੀ, ਉੱਥੇ ਸਾਡੇ ਕੋਲ 2.5-3 ਏਕੜ ਜਗ੍ਹਾ ਹੈਗੀ ਜਿੱਥੇ ਬਣਨਾ। ਅਤੇ ਜਿੱਦਾਂ ਮੈਂ ਕਹਿ ਰਿਹਾ ਸੀ ਨਾ ਵੀ ਇਹ ਪ੍ਰੀ ਕੰਸਟਰਕਸ਼ਨ ਸਟੇਜ 'ਤੇ ਹੈ, ਕਿਉਂਕਿ ਇਹਦੇ ਲਈ ਪਹਿਲਾਂ ਉਹਦੇ ਡਿਜ਼ਾਇਨ ਬਣਾਉਣੇ ਪੈਂਦੇ। ਜਿੱਦਾਂ ਮੈਂ ਕਹਿੰਦਾ ਉਹ ਸਾਰੇ ਜਿਹੜੇ ਡਿਜ਼ਾਇਨ ਨੇ ਫਰੇਜ਼ਰ ਹੈਲਥ ਵਾਲੇ ਅਪਰੂਵ ਕਰਦੇ ਆ। ਫਿਰ ਜਦੋਂ ਇਨੀਸ਼ਲੀ ਸਾਡਾ ਪਲਾਨ ਸੀ 5 ਸਟੋਰੀ ਬਣਾਉਣ ਦਾ ਅਤੇ 140 ਬੈੱਡ ਦਾ, ਪਰ ਉਹਨਾਂ ਨੇ ਘਟਾ ਕੇ ਕਿਹਾ ਨਹੀਂ 125 ਕਰਨੇ, 3 ਫਲੋਰ ਕਰਨੇ। ਸੋ ਸਾਰਾ ਡਿਜ਼ਾਇਨ ਸਾਨੂੰ ਦੁਬਾਰਾ ਕਰਨਾ ਵੀ ਪਿਆ। ਫਿਰ ਕੋਵਿਡ ਕਰਕੇ ਇੰਨੀਆਂ ਚੀਜ਼ਾਂ ਦਾ ਹੁਣ ਪਤਾ ਲੱਗਾ, ਤਾਂ ਉਹ ਸਾਰੀਆਂ ਚੀਜ਼ਾਂ ਸਾਨੂੰ ਵਿੱਚ ਚੇਂਜ ਕਰਨੀਆਂ ਪਈਆਂ, ਕਿਉਂਕਿ ਜਿਹੜੀਆਂ ਚੀਜ਼ਾਂ ਹੁਣ ਅਸੀਂ ਕਰ ਸਕਦੇ ਹਾਂ ਚੇਂਜ, ਇਟਸ ਆਲਵੇਜ਼ ਬੈਟਰ ਵੀ ਰਾਈਟ ਵੇ ਫਿਕਸ ਕਰ ਲਈਆਂ ਜਾਣ, ਬਜਾਏ ਕਿ ਬਾਅਦ 'ਚ ਅਸੀਂ ਵੇਖੀਏ ਆਹ ਕਰ ਲੈਂਦੇ ਉਹ ਕਰ ਲੈਂਦੇ। ਔਰ ਪਲਾਨ ਦੁਬਾਰਾ ਡਿਜ਼ਾਇਨ ਕਰਨ 'ਚ ਟਾਈਮ ਵੀ ਲੱਗਾ, ਪਲੱਸ ਉਹ ਐਕਸਪੈਂਡ ਕਰ ਗਈ ਬਿਲਡਿੰਗ ਅਕੋਰਡਿੰਗਲੀ, ਉਹਦਾ ਐਨਵਲਪ ਵੱਡਾ ਹੋ ਗਿਆ, ਅਤੇ ਇਸ ਕਰਕੇ ਥੋੜ੍ਹਾ ਟਾਈਮ ਵੀ ਸਾਡਾ ਨਾ ਜ਼ਿਆਦਾ ਲੱਗ ਗਿਆ। ਹੁਣ ਅਸੀਂ ਸਿਟੀ ਪਲੈਨਰਸ ਨੂੰ ਭੇਜਿਆ ਹੋਇਆ ਆਪਣਾ ਜਿਹੜਾ ਨਾ ਡਿਵੈਲਪਮੈਂਟ ਪਰਮਿਟ ਦੀ ਐਪਲੀਕੇਸ਼ਨ, ਉਹ ਹੋਪਫੁਲੀ ਮੇਰੇ ਹਿਸਾਬ ਨਾਲ ਦਸੰਬਰ ਦੇ ਵਿੱਚ ਸਾਨੂੰ ਇਸ਼ੂ ਹੋ ਜਾਣਾ, ਕਿਉਂਕਿ ਆਪਣੇ ਮੇਅਰ ਸਾਹਿਬ ਨੇ ਪ੍ਰੋਮਿਸ ਕੀਤਾ ਹੋਇਆ ਕਿ ਉਹ ਇਸ ਪ੍ਰੋਜੈਕਟ ਲਈ, ਕਿਉਂਕਿ ਕਮਿਊਨਿਟੀ ਦਾ ਪ੍ਰੋਜੈਕਟ ਹੈ, ਇਹਦੇ ਸਾਰਾ ਜਿਹੜਾ ਡਿਵੈਲਪਮੈਂਟ ਪਰਮਿਟ ਬਿਲਡਿੰਗ ਪਰਮਿਟ ਫਾਸਟ ਟਰੈਕ ਕਰਾਉਣਗੇ ਕੌਂਸਲ ਤੋਂ ਅਤੇ ਪਲੈਨਰਸ, ਕਿਉਂਕਿ ਕਮਿਊਨਿਟੀ ਦਾ ਕੰਮ ਹੈ, ਕੋਈ ਮੇਰਾ ਕੰਮ ਤਾਂ ਹੈ ਨਹੀਂ, ਪਿੱਛੇ ਦਾ ਕੰਮ ਤਾਂ ਹੈ ਨਹੀਂ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਸੀ, ਮੈਂ ਕਿਹਾ ਮੇਅਰ ਸਾਹਿਬ ਜਿੰਨਾ ਡਿਲੇ ਹੋਣਾ ਉਹ ਓਨਾ ਹੀ ਕਮਿਊਨਿਟੀ ਨੂੰ ਯੂਨੋ ਨੁਕਸਾਨ ਹੈ, ਓਨਾ ਡਿਲੇ ਹੋ ਜਾਣਾ ਸਾਡੇ ਬਜ਼ੁਰਗਾਂ ਲਈ ਵੀ, ਪਲੱਸ ਕੀਮਤਾਂ ਵਧੀ ਜਾਣੀਆਂ ਨੇ, ਐਂਡ ਹੀ ਅੰਡਰਸਟੈਂਡਸ ਦੈਟ। ਅਤੇ ਕਾਉਂਸਲਰਸ ਵੀ ਸਾਰੇ ਜਿਹੜੇ ਸਾਨੂੰ ਸਪੋਰਟ ਕਰਦੇ ਆ। ਸੋ ਜਿੱਦਾਂ ਕਹਿੰਦਾ ਪ੍ਰੀ ਕੰਸਟਰਕਸ਼ਨ ਸਟੇਜ 'ਚ, ਇਹਦੇ ਬਾਅਦ 5-6 ਮਹੀਨੇ ਲੱਗਣੇ ਨੇ ਡਿਵੈਲਪਮੈਂਟ ਜਿਹੜਾ ਐਕਚੁਅਲ ਬਿਲਡਿੰਗ ਪਰਮਿਟ ਲਈ। ਬਿਲਡਿੰਗ ਪਰਮਿਟ ਮਿਲਣ ਦੇ ਬਾਅਦ ਫਿਰ ਇਹਦੀ ਟੈਂਡਰਿੰਗ ਹੋਣੀ ਹੈ ਕੰਸਟਰਕਸ਼ਨ ਦੀ। ਅਤੇ ਮੇਰੇ ਹਿਸਾਬ ਨਾਲ ਸਮਝ ਲਓ ਵੀ ਅਗਲੇ ਸਾਲ ਸਮ ਟਾਈਮ ਇਹਦੀ ਕੰਸਟਰਕਸ਼ਨ ਸ਼ੁਰੂ ਹੋ ਸਕਦੀ ਹੈ, ਅਤੇ 2025 ਵਿੱਚ ਓਪਰੇਸ਼ਨਲ ਹੋ ਜਾਏਗੀ। ਅਤੇ ਜਦੋਂ ਅਸੀਂ ਕਰਦੇ ਹਾਂ ਕਿ ਫੰਡਿੰਗ ਹੁਣ ਕਮਿਊਨਿਟੀ ਕੋਲੋਂ ਕਰਨੀ ਹੈ, ਪਹਿਲਾਂ ਵੀ ਕੋਈ ਐਫਰਟ ਕੀਤਾ ਗਿਆ ਇਹਦੇ ਲਈ? ਹਾਂਜੀ, ਇਹਦਾ ਅਸੀਂ ਉਹਨਾਂ ਨੇ ਜਦੋਂ ਸਾਨੂੰ ਅਨਾਊਂਸ ਕੀਤਾ ਸੀ ਉਦੋਂ ਹੀ ਉਹਨਾਂ ਨੇ ਕੰਡੀਸ਼ਨ ਲਾ ਦਿੱਤੀ ਸੀ 5 ਮਿਲੀਅਨ ਇਕੱਠਾ ਕਰਨਾ। ਸੋ ਅਸੀਂ ਆ ਉਦੋਂ ਦੇ ਲੱਗੇ ਹੋਏ ਹਾਂ, ਅਤੇ ਅਗੇਨ ਬਾਬਾ ਜੀ ਦੇ ਨਾਂ 'ਤੇ ਸਾਡਾ ਇਹ ਪ੍ਰੋਜੈਕਟ ਆ, ਅਤੇ ਇਸ ਵੇਲੇ ਅਸੀਂ 13 ਲੱਖ ਇਕੱਠਾ ਕਰ ਚੁੱਕੇ ਹਾਂ। ਦੇਖ ਲਓ ਵੀ ਬਾਬਾ ਜੀ ਦੇ ਨਾਂ 'ਤੇ ਪੂਰਾ, ਪਹਿਲਾਂ ਅਸੀਂ ਕਹਿੰਦੇ ਸੀ 1.3 ਮਿਲੀਅਨ ਹੋ ਗਿਆ, ਮੈਂ ਕਿਹਾ ਨਹੀਂ ਨਹੀਂ 13 ਲੱਖ ਜ਼ਿਆਦਾ ਵਧੀਆ ਲੱਗਦਾ, ਉਹ 13 ਲੱਖ ਅਸੀਂ ਕਰ ਲਿਆ। ਅਤੇ ਅਸੀਂ ਦੇਖੋ ਸਾਡੀ ਵੀ ਟੀਮ ਨਵੀਂ ਸੀਗੀ, ਅਤੇ ਅਸੀਂ ਆਪਣਾ ਸਾਰਿਆਂ ਨੂੰ ਰੀਚ ਆਊਟ ਕੀਤਾ ਸੀ, ਮੀਡੀਆ ਨੂੰ, ਸਾਰਿਆਂ ਨੂੰ ਵੀ ਸਾਡੀ ਹੈਲਪ ਕਰੋ। ਅਤੇ ਪਹਿਲਾਂ ਅਸੀਂ ਪਿਛਲੇ ਵਿਸਾਖੀ 'ਤੇ ਇੱਕ ਪਹਿਲਾਂ ਵੀ ਰੇਡੀਓਥੋਨ ਕੀਤਾ ਸੀ ਕਨੈਕਟ ਐਫਐਮ ਵਾਲਿਆਂ ਦੇ ਨਾਲ, ਉਹਦੇ 'ਚ ਸਾਨੂੰ ਕਾਫੀ ਕਮਿਊਨਿਟੀ ਦਾ ਸਹਿਯੋਗ ਮਿਲਿਆ ਸੀ ਅਤੇ ਬਹੁਤ ਹੰਗਾਰਾ ਮਿਲਿਆ ਸੀ, ਅਤੇ 4,70,000 ਅਸੀਂ ਇਕੱਠੇ ਕੀਤੇ ਸੀ, ਵਿਚ ਵਾਸ ਵੇ ਬਿਯੋਂਡ ਆਵਰ ਐਕਸਪੈਕਟੇਸ਼ਨਸ। ਅਤੇ ਹੁਣ ਆ ਜਿਹੜਾ ਆਪਾਂ ਹੁਣ ਤਾਂ ਸਾਂਝਾ TV FII ਮੀਡੀਆ ਗਰੁੱਪ ਵੀ ਨਾਲ ਰਲ ਗਿਆ ਅਤੇ ਰਲ ਕੇ ਕਰ ਰਹੇ ਹਾਂ, ਅਤੇ
मेरी जो हैगी है मैं पूरा यकीन है कि साढ़ा कल मतलब परसों 13 लाख होर हो जाना आगमन पुरब गुरु साहिब दा मना रहे हैं और बड़िया सारे पास खुशियां भी है पेंडेमिक तो बाद उस तो अगले दिन नगर कीर्तन भी है सो ये जिहड़ी कनेक्ट एफएम ते सांझा टीवी वालों की जा रही हैगी लाइव $13 ही देना जे इत्थे लख जाने 13 डॉलर दे देने ते देख लो 13 लख ते उत्थे हो जांदा बिलकुल सही कहा जी तुसी बाकी श्रद्धा के हिसाब से जिन्ना कोई अफोर्ड करता जिन्ना कोई अफोर्ड कर सकता जिन्ना कोई दसवंद कट सकता 13 डॉलर या 26 डॉलर या जिन्ने भी तुसी चाहुंदे 113 कर सकदे आ फिर असीं 1300 रख्या होया फिर असीं ओहदे लई ना नेमिंग राइट्स भी रखियां ने भी क्योंकि इह वेखो वंस इन अ लाइफ टाइम फैसिलिटी बननी है गुरु साहब दे नां ते बननी है ते लाइफ लोंग लैगेसी बन जांदी है सो हर कमरे लई असीं कहा भी जिहड़ा $13,000 देगा ओहदे बाहर असीं फ्लैग ला देनी है भी इह उत्ते लिख सकते भी मेरे बजुर्गों लिए या मेरे पिंड लिए या मेरे इस कॉज लिए डेडिकेटेड है सो ऑलरेडी साढ़े अबाउट 65 जड़े है ना कमरे लग चुके हैं अच्छा सो थोड़े कहने तो मतलब कि $13,000 जो कोई दिंदा है हाँ जी ते फिर ओह 125 कमरे बनने हैं सो 60-62 कमरे जेडे तुसी दस्या कि ऑलरेडी बुक हो चुके हैं ओह कन्फर्म है हां जी जदों 125 सारे निकल गए ओदे बाद फिर मुक जाने सो जे कोई $13,000 दे के अपने सारा एक पिंड इकट्ठा हो गए 13,000 दे दे उथे पिंड दा नाम लिखया जा सकदा उस कमरे दे मोरे कि इस कमरे दी सेवा इस पिंड ने करवाई है जां चार परिवार इकट्ठे हो गए कि इस कमरे की सेवा बराड़ परिवार ने कराई है जां मान परिवार ने कराई जां धालीवाल परिवार ने कराई है सो तुसी सारा अपना परिवार इकट्ठा होके भी कर सकते हैं बिल्कुल सो किसी तरह भी कर सकते हैं स्कूल भी इकट्ठे होके कर सकते हैं कॉलेज इकट्ठे होके कर सकते हैं कोई एसोसिएशन इकट्ठी होके कर सकती है एंड सानू बहुत चंगा हंगारा मिलता है इदा ही जे जो ज्यादा शरदे वाले जेडे कोई 25,000 वाले भी है कमरे जिते ज़्यादा एक्टिविटी होंगी 50,000 भी है असी रखा भी जोड़ा 50,000 या उस तो ज़्यादा देगा उन्होंने उत्थे फोटो भी लगेगी बजुर्गों की जिद भी लवाने चाहते हैं ये बाद जो $1,00,000 देंगे दे, वो फ्लोर लग जाना या जो भी है रिसैप्शन थोड़ा होर पैसा प्लस असी क्या भी जोड़ा $4 मिलियन देगा ਉਹਦਾ ਅਸੀਂ ਬਿਲਡਿੰਗ ਦੇ ਬਾਹਰ ਵੀ ਉੱਤੇ ਨਾਂ ਲਾ ਦਾਂਗੇ ਉੱਤੇ ਤਾਂ ਹਮੇਸ਼ਾ ਰਹਿਣਾ ਗੁਰੂ ਨਾਨਕ ਡਿਵਰਸਿਟੀ ਵਿਲੇਜ ਥੱਲੇ ਆ ਜਾਏਗਾ ਵੀ ਲੈਂਡ ਡੋਨੇਟਡ ਬਾਏ ਸੋ ਐਂਡ ਸੋ ਉਹ ਵੀ ਲਾਈਫ ਲੌਂਗ ਲੈਗੇਸੀ ਰਹਿਣੀ ਆ ਬਹੁਤ ਬਿਜ਼ੀ ਇੰਟਰਸੈਕਸ਼ਨ 'ਤੇ ਬਣ ਰਿਹਾ ਅਤੇ ਸਾਰੀ ਉਮਰ ਉੱਥੇ ਲੋਕਾਂ ਨੇ ਦੇਖਣਾ ਵੀ ਫਲਾਣੀ ਯੂਨੋ ਬਿਲਕੁਲ ਜੀ ਜਿਵੇਂ ਹੁਣ ਅਸੀਂ ਗੱਲ ਕਰਦੇ ਹਾਂ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਵਾਈ ਹੁੰਦੀ ਆ ਕਮਰਿਆਂ ਦੀ NRI ਜਿਹੜੇ ਕਮਰੇ ਭਵਨ ਬਣੇ ਹੈਗੇ ਆ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਅਸੀਂ ਪੰਜਾਬ ਜਾਂਦੇ ਹਾਂ ਲੋਕਾਂ ਨੇ ਆਪਣੇ ਬਜ਼ੁਰਗਾਂ ਦੇ ਨਾਂ 'ਤੇ ਕਮਰਿਆਂ ਦੀ ਸੇਵਾ ਕਰਵਾਈ ਹੈਗੀ ਆ ਸੋ ਜੇ ਅਸੀਂ ਇਹਨਾਂ ਮੁਲਕਾਂ 'ਚ ਵੀ ਕਰਾ ਸਕਦੇ ਹਾਂ ਮੈਂ ਤੁਹਾਨੂੰ ਜਾਣਨਾ ਚਾਹੂੰਗੀ ਸਤਵੀਰ ਸਿੰਘ ਜੀ ਇਹ ਨਾਮ ਕਿਵੇਂ ਤੁਹਾਡੇ ਜ਼ਿਹਨ ਦੇ ਵਿੱਚ ਆਇਆ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਦੇਖੋ ਪਹਿਲਾਂ ਇਹਦਾ ਨਾ ਨਾਂ ਸੀਗਾ ਅਸੀਂ ਸੋਚ ਰਹੇ ਸੀ ਪਿਕਸ ਡਾਇਵਰਸਿਟੀ ਵਿਲੇਜ ਠੀਕ ਹੈ ਪਰ ਜਦੋਂ ਤੁਹਾਨੂੰ ਦੱਸਿਆ ਨਾ 550 ਸਾਲ ਚੱਲ ਰਿਹਾ ਸੀ ਉਦੋਂ ਸਾਡੀ ਸਰਕਾਰ ਨਾਲ ਕਾਫੀ ਨੇੜ 'ਤੇ ਗੱਲ ਪਹੁੰਚ ਗਈ ਸੀਗੀ ਵੀ ਯਕੀਨ ਸੀਗਾ ਵੀ ਸਾਡਾ ਇਹ ਅਨਾਊਂਸ ਹੋ ਜਾਣਾ ਪਰ ਫਿਰ ਇੱਕਦਮ ਪੈਂਡੈਮਿਕ ਆਈ ਗੱਲਾਂ ਡਿਲੇ ਹੋ ਗਈਆਂ ਜਿਹੜੀਆਂ ਅਤੇ ਉਹ ਥੋੜ੍ਹਾ ਡਿਲੇ ਹੋ ਗਿਆ ਨਹੀਂ ਤਾਂ ਅਨਾਊਂਸਮੈਂਟ ਉਦੋਂ ਹੀ ਹੋਣੀ ਸੀਗੀ ਜਿੱਦਣ ਉਹਨਾਂ ਅਨਾਊਂਸ ਕਰਨਾ ਸੀ ਉੱਦਣ ਹੀ ਨਾਂ ਇਹ ਸਾਡਾ ਆਉਣਾ ਸੀ ਪ੍ਰੀਮੀਅਰ ਸਾਹਿਬ ਨੂੰ ਵੀ ਅਸੀਂ ਕਿਹਾ ਸੀ ਵੀ ਤੁਸੀਂ ਆ ਕੇ ਨਾਂ ਅਨਾਊਂਸ ਕਰਨਾ ਸਭ ਨੂੰ ਤਾਂ ਕਿ ਉਦੋਂ ਪਤਾ ਲੱਗ ਜਾਵੇ ਪਰ ਉਹ ਸਾਰਾ ਜਿਹੜਾ ਪੈਂਡੈਮਿਕ ਕਰਕੇ ਸਿਸਟਮ ਚੇਂਜ ਹੋ ਗਿਆ ਅਨਾਊਂਸਮੈਂਟ ਵੀ ਸਾਡੀ ਉਹ ਔਲ ਕੀ ਕਹਿੰਦੇ ਨਾ ਵਰਚੁਅਲ ਅਨਾਊਂਸਮੈਂਟ ਹੋਈ ਜਿੱਦਾਂ ਅਸੀਂ ਚਾਹੁੰਦੇ ਸੀਗੇ ਉਹ ਹੋਈ ਨਹੀਂ ਪਰ ਨਾਂ ਇਸੇ ਕਰਕੇ ਰੱਖਿਆ ਸੀ ਵੀ ਗੁਰੂ ਸਾਹਿਬ ਨੂੰ ਡੈਡੀਕੇਟ ਕਰਨਾ ਇਸ ਵੇਲੇ ਮੇਰੇ ਹਿਸਾਬ ਨਾਲ 550 ਸਾਲ ਲਈ ਐਡਾ ਵੱਡਾ ਪ੍ਰੋਜੈਕਟ ਕਿਤੇ ਵੀ ਨਹੀਂ ਬਣ ਰਿਹਾ
हाँ हो सकता है इंडिया च कोई उन्होंने शुरू किया पर मेरी नॉलेज नहीं है बाहर तो कदम नहीं मर रहा। सो ये मन च आया भी ये कर दीए। इस तरह असी क्या भी वो जी सड़क जी सू बना पैनी है 175 ए जी काफ़ी वो डिवेलपमेंट करनी पैनी भी वह भी ना चेंज करा लीए। ਅਸੀਂ ਮੇਅਰ ਸਾਹਿਬ ਨੂੰ ਰਿਕੁਐਸਟ ਤੇ ਕੀਤੀ ਹੈ ਵੀ ਇਹਦਾ ਨਾਮ ਹੀ ਗੁਰੂ ਨਾਨਕ ਉਹਦਾ ਨਾਮ ਕੀ ਸੋਚਿਆ ਗੁਰੂ ਨਾਨਕ ਮਾਰਗ ਗੁਰੂ ਨਾਨਕ ਮਾਰਗ ਜਿਹੜਾ ਵੀ ਸਾਨੂੰ ਦੇ ਦੇਣਗੇ ਕਿਉਂਕਿ ਹੋ ਸਕਦਾ ਕਿਸੇ ਨੇ ਪਹਿਲਾਂ ਵੀ ਲਿਆ ਹੋਇਆ ਸੀ ਜਾਂ ਗੁਰੂ ਨਾਨਕ ਮਾਰਗ ਜਾਂ ਗੁਰੂ ਨਾਨਕ ਵੇ ਜਾਂ ਗੁਰੂ ਨਾਨਕ ਸਟਰੀਟ ਅਤੇ ਉਹਦੀ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਹੋਈ ਹੈ ਉਹ ਕਹਿੰਦੇ ਕੋਈ ਨਹੀਂ ਇਹ ਤਾਂ ਬਹੁਤ ਜ਼ਰੂਰੀ ਹੈ ਉਹਨਾਂ ਵੱਲੋਂ ਸਾਨੂੰ ਹੰਗਾਰਾ ਹੈ ਬਾਕੀ ਕੌਂਸਲ 'ਤੇ ਡਿਪੈਂਡ ਕਰਦਾ ਅਤੇ ਹੁਣ ਅਸੀਂ ਜਿਹੜੀ ਇਹ 13 ਲੱਖ 'ਤੇ ਇਕੱਠਾ ਕਰ ਲਿਆ ਹੈਗਾ ਅਤੇ 5 ਮਿਲੀਅਨ ਟੋਟਲ ਸਾਨੂੰ ਚਾਹੀਦਾ ਹੈਗਾ ਹਾਂਜੀ ਅਤੇ ਇਹਦੇ ਲਈ ਅਸੀਂ 19 ਤਰੀਕ ਨੂੰ ਜਿਹੜਾ ਟੈਲੀਥੋਨ ਅਤੇ ਰੇਡੀਓਥੋਨ ਰੱਖਿਆ ਸੋ ਥੋੜ੍ਹਾ ਜਿਹਾ ਇਹਦੇ 'ਤੇ ਅਸੀਂ ਥੋੜ੍ਹਾ ਜਿਹਾ ਰਹਿੰਦੇ ਹਾਂ ਕਿ ਉਸ ਦਿਨ ਜਿਹੜੀ ਫੰਡਿੰਗ ਹੋਣੀ ਹੈਗੀ ਆ ਉਹਦੇ ਲਈ ਵਾਲੰਟੀਅਰ ਵਗੈਰਾ ਸਾਰਾ ਕੁਛ ਅਰੇਂਜ ਹੋ ਚੁੱਕਾ ਜਾਂ ਤੁਹਾਨੂੰ ਕੋਈ ਚਾਹੀਦੇ ਆ ਹੈਲਪਰਸ? ਹਾਂਜੀ ਇਸ ਵੇਲੇ ਸਾਡੇ ਪਿਕਸ ਦਾ ਸਟਾਫ ਵੀ ਕਾਫੀ ਇਨਵੋਲਵ ਹੈ ਤੁਹਾਡਾ ਸਾਂਝਾ ਟੀਵੀ ਵਾਲੀ ਟੀਮ ਵੀ ਪੂਰੀ ਨਾਲ ਹੈ ਅਤੇ ਕਨੈਕਟ ਐਫਐਮ ਵਾਲੇ ਵੀ ਨਾਲ ਨੇ ਸੋ ਕਾਫੀ ਵਾਲੰਟੀਅਰਸ ਅਵੇਲੇਬਲ ਨੇ। ਇਹ ਹੈ ਵੀ ਉੱਦਣ ਫੋਰਕਾਸਟ ਹੈਗੀ ਵੀ ਮੀਂਹ ਨਹੀਂ ਹੈਗਾ ਇਹ ਵੀ ਬਹੁਤ ਜੀ ਪਰਮਾਤਮਾ ਵੱਲੋਂ ਕਿਰਪਾ ਹੈ ਅਤੇ ਜਿੰਨੇ ਵੀ ਉਦੋਂ ਦਾਨ ਦੇਣਾ ਸਾਨੂੰ ਉੱਥੇ ਉਹਨਾਂ ਕਨੈਕਟ ਐਫਐਮ ਦਾ ਲਾਈਵ ਚੱਲਦਾ ਹੋਣਾ ਸਾਂਝਾ ਟੀਵੀ ਨੇ ਵੀ ਉਹ ਲਾਈਵ ਟੈਲੀਕਾਸਟ ਕਰਨਾ ਸੋ ਸਾਰੀ ਦੁਨੀਆ ਨੇ ਵੇਖਣਾ ਸੁਣਨਾ ਕਾਲ ਕਰਕੇ ਆ ਜਿਹੜਾ ਨੰਬਰ ਉਹਨਾਂ ਦਾ ਹੈਗਾ 6049610915 'ਤੇ ਉਹ ਡੋਨੇਟ ਕਰ ਸਕਦੇ ਨੇ ਅਤੇ ਜੇ ਉਹਨਾਂ ਨੂੰ ਕਿਉਂਕਿ ਪਿਕਸ ਦਾ ਨੰਬਰ ਸਾਰਿਆਂ ਨੂੰ ਪਤਾ ਪਿਕਸ ਦੇ ਨੰਬਰ 'ਤੇ ਵੀ ਕਾਲ ਕਰਕੇ 6045967722 'ਤੇ ਕਾਲ ਕਰਕੇ ਵੀ ਡੋਨੇਟ ਕਰ ਸਕਦੇ ਨੇ। ਕਨੈਕਟ ਐਫਐਮ 'ਤੇ ਜਾ ਕੇ ਆਪਣਾ ਜੇ ਵਾਕ ਇਨ ਕਰਕੇ ਕੋਈ ਚੈੱਕ ਦੇਣਾ ਤਾਂ ਉੱਥੇ ਦੇ ਸਕਦੇ ਨੇ ਆਪਣਾ ਕਾਰਡ ਦੇਣਾ ਉੱਥੋਂ ਦੇ ਸਕਦੇ ਨੇ ਪਿਕਸ ਦੇ ਆਫਿਸ ਆ ਕੇ ਵੀ ਦੇ ਸਕਦੇ ਨੇ ਪਲੱਸ ਜੇ ਇੱਥੇ ਕਿਉਂਕਿ ਪਤਾ ਕੀ ਹੁੰਦਾ ਉਦੋਂ ਪਾਰਕਿੰਗ ਦੀ ਪ੍ਰੋਬਲਮ ਹੋ ਜਾਂਦੀ ਹੈ ਅਤੇ ਕਨੈਕਟ ਐਫਐਮ ਦੇ ਬਾਹਰ ਵੀ 19 ਕੁ ਪਾਰਕਿੰਗ ਹੈ ਇੱਥੇ ਵੀ 19 ਕੁ ਪਾਰਕਿੰਗ ਇੱਥੇ ਆ ਕੇ ਵੀ ਜੇ ਕੋਈ ਦੇਣਾ ਚਾਹੇ ਬਿਲਕੁਲ ਦੇ ਸਕਦਾ ਅਤੇ ਸਾਡੇ ਵੱਲੋਂ ਹਰ ਤਰੀਕਾ ਜੋ ਸਾਡੀ ਜਿਹੜੀ ਵੈਬਸਾਈਟ ਹੈ ਉੱਤੇ ਵੀ ਪੋਸੀਬਿਲਟੀ ਹੈਗੀ ਹੈ ਪਰ ਮੋਸਟ ਕਨਵੀਨੀਅੰਟ ਹੈਗਾ ਤੁਸੀਂ ਫੋਨ ਕਰੋ ਆਪਣਾ ਕਾਰਡ ਦੇ ਦਿਓ ਜਾਂ ਆਪਣਾ ਚੈੱਕ ਲੈ ਕੇ ਆ ਜਾਓ। ਸਾਡੇ ਕੋਲ 1-2 ਮੈਸੇਜ ਆਏ ਹੈਗੇ ਆ ਉਹ ਮੈਂ ਚਾਹੁੰਦੀ ਹਾਂ ਕਿ ਅਸੀਂ ਪਲੇ ਕਰ ਦਈਏ ਸਾਰੇ ਉਹ ਵੀ ਦੇਖ ਸਕਣ। ਹਾਂਜੀ ਸੋ ਜੀ ਮੈਂ ਟੀਮ ਨੂੰ ਕਹੂੰਗੀ ਜ਼ਰੂਰ ਪਲੇ ਕਰਨ ਅਸੀਂ ਉਹ ਦੇਖ ਸਕਦੇ ਹਾਂ ਬਿਲਕੁਲ ਸੋ ਉਹ ਤੁਹਾਨੂੰ ਦਿਖਾਉਂਦੇ ਹਾਂ ਜੀ ਸਾਡੇ ਮੈਨੂੰ ਪਤਾ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਲਖਵਿੰਦਰ ਵਡਾਲੀ ਅਤੇ ਮੈਨੂੰ ਇਹ ਦੱਸਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਸਰੀ ਦੇ ਵਿੱਚ ਪਿਕਸ ਸੁਸਾਇਟੀ ਵੱਲੋਂ ਬਜ਼ੁਰਗਾਂ ਦੀ ਦੇਖਭਾਲ ਦੇ ਲਈ ਬਹੁਤ ਹੀ ਸੋਹਣਾ ਕਾਰਜ ਕੀਤਾ ਜਾ ਰਿਹਾ ਜੋ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਮਰਪਿਤ ਕੀਤਾ ਜਾ ਰਿਹਾ। ਗੁਰੂ ਨਾਨਕ ਡਾਇਵਰਸਿਟੀ ਵਿਲੇਜ ਬਣਾਉਣ ਜਾ ਰਹੇ ਮੇਰੇ ਵੱਲੋਂ ਪਿਕਸ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਗੁੱਡ ਲੱਕ ਔਰ ਬਹੁਤ ਸਾਰੀਆਂ ਦੁਆਵਾਂ ਔਰ ਇਹਦੇ ਨਾਲ ਸਾਂਝਾ ਟੀਵੀ ਔਰ ਕਨੈਕਟ ਐਫਐਮ ਵੱਲੋਂ ਇਸ ਸੋਹਣੇ ਕਾਰਜ ਦੇ ਲਈ ਫੰਡ ਰੇਜ਼ਿੰਗ ਕੀਤੀ ਜਾ ਰਹੀ ਹੈ। 19 ਨਵੰਬਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਤੁਸੀਂ ਵੀ ਆਪਣਾ ਬਣਦਾ ਯੋਗਦਾਨ ਆਪਣਾ ਦਿਲ ਫੁੱਲ ਜ਼ਰੂਰ ਪਾਓ ਸਾਡੇ ਬਜ਼ੁਰਗ ਦੀ ਸਾਡੇ ਵੱਡੇ ਦੀ ਦੁਆਵਾਂ ਲਓ ਔਰ ਦੁਆਵਾਂ ਦਿਓ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਮੇਰੇ ਵੱਲੋਂ ਬਹੁਤ ਬਹੁਤ ਸਾਂਝਾ ਟੀਵੀ ਨੂੰ ਗੁੱਡ ਲੱਕ ਕਨੈਕਟ ਐਫਐਮ ਨੂੰ ਗੁੱਡ ਲੱਕ ਔਰ ਪਿਕਸ ਦੀ ਪੂਰੀ ਟੀਮ ਨੂੰ ਗੁੱਡ ਲੱਕ ਰੱਬ ਰੱਖ। ਸਤਿ ਸ਼੍ਰੀ ਅਕਾਲ ਜੀ ਬੜੀ ਖੁਸ਼ੀ ਦੀ ਗੱਲ ਹੈ ਸਾਨੂੰ ਮਾਣ ਵੀ ਹੈ ਕਿ ਸਰੀ ਦੇ ਵਿੱਚ ਇੱਕ ਪਿਕਸ ਸੁਸਾਇਟੀ ਹੈ ਜਿਹੜੀ ਕਿ ਸਮਾਜ ਭਲਾਈ ਲਈ ਬਹੁਤ ਹੀ ਅੱਛੇ ਕੰਮ ਕਰਦੀ ਹੈ ਅਤੇ ਬਜ਼ੁਰਗਾਂ ਲਈ ਖਾਸ ਤੌਰ ਦੇ ਉੱਤੇ ਹਰ ਵਕਤ 24 ਘੰਟੇ ਨਾਲ ਖੜ੍ਹੇ ਹੁੰਦੇ ਨੇ ਜੋ ਵੀ ਉਹਨਾਂ ਤੋਂ ਬਣਦਾ ਉਹ ਕਰਦੇ ਨੇ। ਸੋ ਹੁਣ ਪਿਕਸ ਵਾਲੇ ਇੱਕ ਨਵਾਂ ਕੰਮ ਨਵਾਂ ਕਾਰਜ ਸੁਥਰਾ ਕਾਰਜ ਕਰਨ ਜਾ ਰਹੇ ਨੇ ਕਿ ਇਸ ਗੁਰਪੁਰਬ ਦੇ ਉੱਤੇ ਜੋ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆ ਰਿਹਾ 19 ਨਵੰਬਰ ਨੂੰ ਉਹਦੇ ਉੱਤੇ ਫੰਡ ਰੇਜ਼ ਹੋ ਰਿਹਾ ਕਾਹਦੇ ਲਈ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਬਣਾਉਣ ਜਾ ਰਹੇ ਨੇ ਬਜ਼ੁਰਗਾਂ ਦੀ ਸਾਂਭ ਸੰਭਾਲ ਦੇ ਲਈ ਦੇਖਭਾਲ ਦੇ ਲਈ। ਸੋ ਇੱਕ ਸੁਥਰੇ ਕਾਰਜ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਖੜੀਏ ਉਹ ਅਪੀਲ ਕਰਨਗੇ ਟੀਵੀ ਉੱਤੇ ਲਾਈਵ 19 ਨਵੰਬਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ। ਸੋ ਤੁਸੀਂ ਜਿੰਨਾ ਵੀ ਆਪਣਾ ਬਣਦਾ ਵਿੱਤੀ ਤੌਰ 'ਤੇ ਵਿਚਾਰ ਦੇ ਤੌਰ 'ਤੇ ਹਿੱਸਾ ਪਾ ਸਕਦੇ ਹੋ ਜ਼ਰੂਰ ਪਾਇਓ
ਤੇ ਇਸ ਵੀਡੀਓ ਨੂੰ ਜੇ ਵੇਖਦੇ ਹੋ ਤਾਂ ਅੱਗੇ ਤੁਸੀਂ ਰეკਮੈਂਡ ਕਰਿਓ, ਆਪਣਾ ਸੁਨੇਹਾ ਜ਼ਬਾਨੀ ਲੋਕਾਂ ਤੱਕ ਪਹੁੰਚਾਇਓ ਤਾਂ ਕਿ ਜਿਹੜਾ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਬਣਨਾ ਹੈ ਉਹਦੇ ਲਈ ਪਿਕਸ ਸੁਸਾਇਟੀ ਵਾਲਿਆਂ ਨੂੰ ਵੱਧ ਤੋਂ ਵੱਧ ਜਿਹੜਾ ਕਿ ਉਹ ਮਾਇਆ ਇਕੱਠੀ ਹੋਵੇ ਕਿ ਉਹ ਫੰਡ ਰੇਜ਼ ਕਰਨੇ ਨੇ, ਉਹ ਫੰਡ ਦੇ ਰਿਕਾਰਡ ਤੋੜੀਏ ਤੇ ਬਹੁਤ ਸੋਹਣਾ ਇੱਕ ਵਿਲੇਜ ਬਣਾਈਏ ਬਜ਼ੁਰਗਾਂ ਦੀ ਸੰਭਾਲ ਦੇ ਲਈ। ਪਿਕਸ ਸੁਸਾਇਟੀ ਨੂੰ ਮੇਰੇ ਵੱਲੋਂ ਸਲਾਮ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਮਲਕੀਤ ਸਿੰਘ ਗੋਲਡਨ ਸਟਾਰ। ਤਾਂ ਮੈਨੂੰ ਦੱਸਦਿਆਂ ਬਹੁਤ ਹੀ ਖੁਸ਼ੀ ਹੁੰਦੀ ਹੈ ਕਿ ਸਰੀ ਦੇ ਵਿੱਚ ਪਿਕਸ ਸੋਸਾਇਟੀ ਵੱਲੋਂ ਇੱਕ ਬਹੁਤ ਹੀ ਬਜ਼ੁਰਗਾਂ ਦੀ ਦੇਖਭਾਲ ਦੇ ਲਈ ਬਹੁਤ ਵਧੀਆ ਕਾਰਜ ਕੀਤਾ ਜਾ ਰਿਹਾ। ਪਿਕਸ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ। ਅਤੇ ਇਹ ਸਾਰਾ ਪ੍ਰੋਗਰਾਮ ਸਾਂਝਾ ਟੀ ਵੀ ਅਤੇ ਕਨੈਕਟ ਐਫ ਐਮ ਵੱਲੋਂ ਇਹ ਸੋਹਣੇ ਕਾਰਜ ਦੇ ਲਈ ਫੰਡ ਇਕੱਠਾ ਕੀਤਾ ਜਾ ਰਿਹਾ, ਜੋ ਕਿ 19 ਨਵੰਬਰ ਨੂੰ ਸਵੇਰੇ 7 ਵਜੇ ਤੋਂ ਲੱਗ ਕੇ ਸ਼ਾਮ ਦੇ 7 ਵਜੇ ਤੱਕ। ਸੋ ਤੁਸੀਂ ਉਹਦੇ ਵਿੱਚ ਹਿੱਸਾ ਪਾਓ ਅਤੇ ਕਹਿੰਦੇ ਹੁੰਦੇ ਖੁਸ਼ੀਆਂ ਪ੍ਰਾਪਤ ਕਰੋ, ਕਿਉਂਕਿ ਬਜ਼ੁਰਗਾਂ ਦੀ ਸੇਵਾ ਲਈ ਜੋ ਵੀ ਕੀਤਾ ਜਾਵੇ ਉਹ ਬਹੁਤ ਵਧੀਆ ਗੱਲ ਹੁੰਦੀ। ਅਤੇ ਮੇਰੇ ਵੱਲੋਂ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ, ਔਰ ਤੁਸੀਂ ਜ਼ਰੂਰ ਆਪਣੀ ਕਿਰਤ ਕਮਾਈ ਦੇ ਵਿੱਚ ਹਿੱਸਾ ਪਾਓ ਔਰ ਬਜ਼ੁਰਗਾਂ ਦੀ ਸੇਵਾ ਦੇ ਲਈ ਇਹ ਵਧੀਆ ਕਾਰਜ ਦੇ ਲਈ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ। ਸੋ ਅਸੀਂ ਤੁਹਾਡੇ ਨਾਲ ਕੁਛ ਇੱਕ ਜਿਹੜੇ ਸਾਡੇ ਬਹੁਤ ਹੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਲੋਕ ਆ ਜਿਨ੍ਹਾਂ ਨੇ ਬੜਾ ਨਾਮ ਨਾਲ ਖੱਟਿਆ, ਉਹਨਾਂ ਦੇ ਅਸੀਂ ਕੁਛ ਇੱਕ ਮੈਸੇਜ ਅਸੀਂ ਤੁਹਾਨੂੰ ਦਿਖਾਏ। ਔਰ ਕੋਸ਼ਿਸ਼ ਸਾਡੀ ਇਹ ਵੀ ਹੈਗੀ ਆ ਕਿ 19 ਤਰੀਕ ਨੂੰ ਬਹੁਤ ਸਾਰੇ ਸਾਡੇ ਸਟੂਡੀਓ 'ਚ ਵੀ ਆਉਣਗੇ, ਆ ਕੇ ਆਪਣੀ ਫੀਡਬੈਕ ਵੀ ਜ਼ਰੂਰ ਦੇਣਗੇ, ਇਸ ਨੇਕ ਕੰਮ ਦੇ ਵਿੱਚ ਆਪਣਾ ਦਸਵੰਧ ਵੀ ਜ਼ਰੂਰ ਕੱਢਣਗੇ। ਅਤੇ ਜਦੋਂ ਅਸੀਂ ਗੱਲ ਕਰਦੇ ਹਾਂ ਦਸਵੰਧ ਦੀ, ਤਾਂ ਸਾਡੇ ਗੁਰਾਂ ਨੇ ਪਿਰਤ ਪਾਈ ਆ ਕਿ ਅਸੀਂ ਆਪਣਾ ਦਸਵੰਧ ਕੱਢ ਕੇ ਚੰਗੇ ਕੰਮਾਂ 'ਚ ਲਾਉਣਾ। ਅਤੇ ਜਦੋਂ ਇਹੋ ਜਿਹਾ ਦਿਨ ਆਉਂਦੇ ਆ ਨਾ, ਸਾਡੇ ਲਈ ਬੜਾ ਪ੍ਰਾਊਡ ਵਾਲੀ ਗੱਲ ਆ ਕਿ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਨਾਂ ਵੀ ਬਾਬੇ ਨਾਨਕ ਦੇ ਨਾਂ 'ਤੇ ਹੀ ਆ, ਅਤੇ ਉਸ ਰਾਹ ਦਾ ਨਾਂ ਵੀ ਜਿਹੜਾ ਬਾਬੇ ਨਾਨਕ ਦੇ ਨਾਂ 'ਤੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸ਼ਾਇਦ ਆਉਣ ਵਾਲੇ ਸਮੇਂ 'ਚ ਇਹ ਵੀ ਮਨਜ਼ੂਰੀ ਮਿਲ ਜਾਵੇ, ਕਿਉਂਕਿ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ। ਪੰਜਾਬੀ ਕਮਿਊਨਿਟੀ ਲਈ ਬੜੀ ਮਾਣ ਵਾਲੀ ਗੱਲ ਆ ਕਿ ਅਸੀਂ ਆਪਣੇ ਗੁਰੂ ਸਾਹਿਬ ਦੇ ਨਾਂ ਉੱਤੇ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਬਣਾਉਣ ਜਾ ਰਹੇ ਹਾਂ। ਅਤੇ ਵਾਕਿਆ ਜਿਹੜੀ 5 ਮਿਲੀਅਨ ਦੀ ਫੰਡਿੰਗ ਕਮਿਊਨਿਟੀ ਵੱਲੋਂ ਇਕੱਠੀ ਕਰਨੀ ਆ, 13 ਲੱਖ ਹੋ ਚੁੱਕਾ ਆ, ਅਤੇ ਬਾਕੀ ਕਮਿਊਨਿਟੀ ਤੋਂ ਬੜੀਆਂ ਉਮੀਦਾਂ ਆ। 19 ਤਰੀਕ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਆ, ਉਸ ਦਿਨ ਹੀ ਇਹ ਟੈਲੀਥੋਨ ਅਤੇ ਰੇਡੀਓਥੋਨ ਹੋਣ ਜਾ ਰਹੀ ਆ। ਰੇਡੀਓ 'ਤੇ ਤੁਸੀਂ ਕਨੈਕਟ ਐਫ ਐਮ ਦੇ ਰਾਹੀਂ ਸੁਣ ਸਕਦੇ ਹੋ, ਅਤੇ ਸਾਂਝਾ ਟੀ ਵੀ 'ਤੇ ਤੁਸੀਂ ਲਾਈਵ, ਸਾਡੇ ਹੋਸਟ ਸਾਰੇ ਆਪੋ ਆਪਣੀ ਡਿਊਟੀ ਨਿਭਾਉਣਗੇ, ਅਤੇ ਬਹੁਤ ਸਾਰੀਆਂ ਸ਼ਖਸੀਅਤਾਂ ਸਾਡੇ ਸਟੂਡੀਓ 'ਚ ਸ਼ਾਮਲ ਹੋਣਗੀਆਂ, ਆਪੋ ਆਪਣੇ ਵਿਚਾਰ ਵੀ ਸਾਂਝੇ ਕਰਨਗੀਆਂ। ਸੋ ਰਲ ਕੇ ਅਸੀਂ ਉਪਰਾਲਾ ਕਰਾਂਗੇ। ਤੁਸੀਂ ਵੀ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਦਸਵੰਧ ਦੇ ਵਿੱਚੋਂ $13, $113 ਅਤੇ $213, ਜਿੰਨੇ ਤੁਹਾਡਾ ਦਿਲ ਕਰਦਾ, ਜਿੰਨੀ ਸਾਡੀ ਇੱਥੇ ਕਮਿਊਨਿਟੀ ਆ, ਅਸੀਂ ਜ਼ਰੂਰ ਇਸ ਨੇਕ ਕੰਮ ਦੇ ਵਿੱਚ ਆਪਣਾ ਦਸਵੰਧ ਪਾਈਏ। ਸੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਸਾਥ ਦਿਓਗੇ ਇਸ ਦਿਨ। ਅਤੇ ਸਤਵੀਰ ਸਿੰਘ ਹੁਣਾਂ ਨਾਲ ਹੋਰ ਗੱਲਾਂ ਬਾਤਾਂ ਜਾਣਦੇ ਹਾਂ। ਸਤਵੀਰ ਸਿੰਘ ਜੀ, ਬਹੁਤ ਵਧੀਆ ਉਪਰਾਲਾ ਜਿਹੜਾ ਅਸੀਂ 13 ਘੰਟੇ, ਵੈਸੇ ਤਾਂ 7 ਤੋਂ 7 ਕਿਹਾ ਗਿਆ ਪਰ 13 ਘੰਟੇ ਹੋ ਹੀ ਜਾਣੇ ਆ। ਬਿਲਕੁਲ ਜੀ, ਮੈਨੂੰ ਪੂਰਾ ਯਕੀਨ ਹੈ ਕਿ ਉਦਣ ਸਾਰਾ ਕੰਮ ਬਾਬਾ ਜੀ ਦੇ ਨਾਂ 'ਤੇ ਚੱਲਣਾ ਹੈ। ਅਤੇ ਪਹਿਲਾਂ ਤਾਂ ਮੈਂ ਜਿਹੜੇ ਆਪਣੇ ਬ੍ਰਾਂਡ ਅੰਬੈਸਡਰ ਮਲਕੀਤ ਸਿੰਘ, ਰਾਣਾ ਰਣਬੀਰ ਸਿੰਘ, ਲਖਵਿੰਦਰ ਵਡਾਲੀ ਅਤੇ ਬੀਨੂ ਢਿੱਲੋਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਸਾਂਝਾ ਟੀ ਵੀ ਦੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਨੂੰ ਬੁਲਾਇਆ, ਇਹਨਾਂ ਨੂੰ ਲਿਆ ਕੇ ਮੈਸੇਜ ਲਏ। ਬਾਕੀ ਤੁਹਾਨੂੰ ਪਤਾ ਹੀ ਆ, ਜਿੱਥੇ ਬਾਬਾ ਜੀ ਦਾ ਨਾਂ ਆ ਜੇ ਸਾਰੇ ਕੰਮ ਵੈਸੇ ਸਿੱਧੇ ਹੋ ਜਾਂਦੇ ਆ। ਬਿਲਕੁਲ ਜੀ, ਜਦੋਂ ਅਸੀਂ ਦਸਵੰਧ ਕੱਢਦੇ ਹਾਂ ਅਤੇ ਉਹ ਦਸਵੰਧ ਅਸੀਂ ਆਪਣੇ ਬਜ਼ੁਰਗਾਂ ਲਈ ਕੱਢਣਾ, ਅਸੀਂ ਆਪਣੇ ਬਾਬੇ ਨਾਨਕ ਦੇ ਨਾਂ 'ਤੇ ਬਣ ਰਹੇ ਉਸ ਡਾਇਵਰਸਿਟੀ ਵਿਲੇਜ ਦੇ ਲਈ ਕੱਢਣਾ, ਇਹ ਬੜੀ ਮਾਣ ਵਾਲੀ ਗੱਲ ਵੀ ਆ ਸਾਡੇ ਲਈ ਕਿ ਅਸੀਂ ਕੁਛ ਅਜਿਹਾ ਕਰਨ ਜਾ ਰਹੇ ਹਾਂ ਰਹਿੰਦੀ ਦੁਨੀਆ ਤੱਕ ਜਿਹੜਾ ਉਹਦਾ ਨਾਂ ਰਹਿਣਾ ਆ। ਔਰ ਅਸੀਂ ਉੱਥੇ ਆਪਣੇ ਬਜ਼ੁਰਗਾਂ ਦੇ ਨਾਂ 'ਤੇ, ਜਿਵੇਂ ਤੁਸੀਂ ਦੱਸਿਆ, ਕਮਰਾ ਵੀ ਅਸੀਂ ਸੇਵਾ ਕਰਵਾ ਸਕਦੇ ਹਾਂ ਅਤੇ ਵੱਖ ਵੱਖ ਤਰੀਕੇ ਦੇ ਨਾਲ ਸੇਵਾ ਕਰਵਾਈ ਜਾ ਸਕਦੀ ਆ। ਸੋ ਵੱਖ ਵੱਖ ਤੁਹਾਡੇ ਕੋਲ ਇਹਦੇ ਲਈ ਹੈ, ਜੇ ਕਿਸੇ ਨੇ ਇੱਕ ਕਮਰਾ ਕਰਾਉਣਾ ਜਾਂ ਪਰਿਵਾਰ ਨੇ ਜਾਂ ਪਿੰਡ ਨੇ, ਕਿਸੇ ਤਰ੍ਹਾਂ ਵੀ ਕਰ ਸਕਦੇ ਆ। ਸੋ ਜਿਹੜੇ ਲੋਕ ਅਕਸਰ ਤੇ ਆਨਲਾਈਨ ਬਹੁਤ ਲੋਕ ਕਰਦੇ ਹੈਗੇ ਆ, ਫੋਨ ਕਰਕੇ ਕਾਰਡ ਦੇ ਦਿੰਦੇ ਆ, ਕ੍ਰੈਡਿਟ ਕਾਰਡ ਜਾਂ ਉਹ ਬੈਂਕ ਤੋਂ ਟ੍ਰਾਂਸਫਰ ਕਰ ਦਿੰਦੇ, ਈ ਟ੍ਰਾਂਸਫਰ ਕਰ ਦਿੰਦੇ ਆ, ਪਰ ਕਈ ਲੋਕ ਆਨਲਾਈਨ ਬੈਂਕਿੰਗ ਨਹੀਂ ਕਰਦੇ। ਸੋ ਫਿਰ ਥੋੜ੍ਹਾ ਜਿਹਾ ਦੱਸਿਓ ਕਿ ਉਹ ਆ ਕੇ ਕੈਸ਼ ਡੋਨੇਸ਼ਨਸ ਵੀ ਦੇ ਸਕਦੇ ਆ,
और चैक भी दे सकते हैं, वह कनैक्ट के भी आ सकते हैं, तो थोड़े वॉलंटियर कनैक्ट के भी हो गए, सांझा टीवी पर भी हो गए। हाँ जी, देखो जिहड़ी भी डोनेशन आनी है वह तो डायरैक्टली सीधी पिक्स को ही आनी है, ठीक है। वो दे विच ना कनैक्ट एफ एम वाले का लैन देना, चैक भी साढ़े ना बनने हैं, सिर्फ स्नेहा देना लोकां तक। सो असीं 13 घंटे लोकां दे तक आवाज एक होका देना है, पर जिहड़ी डोनेशन जानी है वह सारी पिक्स सोसाइटी दे नां ते ही जानी है, तुहाडे ही वॉलंटियर होणगे उन्हां वल्लों ही कार्ड लए जाणगे, पिक्स दे नां ते ही चैक होणगे। जे मतलब कोई मैसेज लै भी रहे ने वॉलंटियर भावें ताडे ने भावें कनैक्ट एफ एम ने, वो फाइनली जरा वो सारा कुछ पिक्स के हवाले उन्हें करना। ये मैं थैंक्स करदा कि ताडी जिहड़ियां दोनों मीडिया ग्रुप्स ने कनैक्ट वाले ते सांझा टीवी वाले, उन्होंने साडा बहुत साथ दिता, तो काफ़ी ज़्यादा सानू उम्मीद है भी जरा मैं बाबा जी के नाम से 13 लाख क्या 13 लाख साडा हो जाना है जी। बिल्कुल जी, वधिया कहा तुसी। और फोन जदों पिक्स दे असी करदे आ कि ऑनलाइन कोई है तुहाडे कोल जिथे सीधी डोनेशन, कई जिवें जरूरी नहीं कैनेडा तो, कई अमेरिका च रहिंदे आ साडे परिवार जां आस्ट्रेलिया न्यूजीलैंड या होर मुल्कां तों वी, उह सीधा किसे तरह फंड दे सकदे आ? साडे वैबसाइट ते वी पॉसिबिलिटी हैगी है पिक्स दी, जिहड़ी है www.pix.bc.ca जी, ते अदरवाइज फोन तां जदों मर्जी करके कर सकदे आ, ई ट्रांसफर भी कर सकदे आ जां सानूं सीधा चैक भेज देण, हर जिहड़ा तरीका हैगा। जिहड़े लोकल ने उह तां जदों मर्जी पिक्स चा के डोनेट कर सकदे आ, पर कई लोग उस दिन आना चाहते हैं, सो वॉक इन भी है, बिल्कुल वो कनैक्ट एफ एम से भी वॉक इन हो गया, तो सांझा टीवी से भी वॉक इन हो सकती हैं, जिहड़े कैश देना चाहते थोड़े वॉलंटियर्स हो गए उन्होंने आके कैश दे के अपनी इनफॉरमेशन दे सकते। हाँ जी, कैश जिहड़ा ना उहदे लई असी थोड़ा डिसकरेज करते हैं, पर कई बार होंदा बजुर्गों ने थोड़ा रखा होंदा, बच्चों ने रखा होंदा, जिहड़े छोटे अमाउंट वाले कैश ने वो क्योंकि सानूं हर चीज़ की रसीद देनी पैंदी है, वो कैश गिनदिया भी तो कई बार टाइम ज़्यादा लग जाता। सो मेरी तो बेनती यही है भी जितों तक हो सकता या तो चैक के थ्रू तो या जरा क्रैडिट कार्ड के थ्रू, पर जे कोई कैश लैके भी आएगा वो भी असं एक्सैप्ट कर लाँगे जी। तो किनिया क लाइनज़ ओपन होणगियां उस दिन, तुसीं किनिया क लाइनज़ का अरेंज किया है, क्योंकि तुहानूं पता कि दो मीडिया के उत्तों दो प्लेटफॉर्म के उत्तों यह अनाउंसमेंट्स होणगियां, रेडियो तो टी वी तो, तो फिर काफ़ी बिजी भी रहोगे तुसीं, सो किन्ना किस तरह अरेंज है? साडे कोल बहुत ज़्यादा हैगी है फैसिलिटी उत्थे कनैक्ट एफ एम ते भी ते पिक्स भी, सो जे ओवरफ्लो होएगा वील ऑलवेज मैनेज, मतलब फोन लाइन का फिक्र ना करना दोनों ऑप्शन। कई लोग एक होर गल हैगी, कई लोग अपने क्रेडिट तो देन दे लई थोड़ा ग्रेज भी करदे आ इदां डोनेशन देन दे लई, सो थोड़ा जिहा उहदे बारे प्राइवेसी दे बारे थोड़ा जिहा दसो कि इंतजाम पूरे हैगे आ? अजे तक ते कदी वी सानूं ऐसा इशू नहीं आया, क्योंकि मेजोरिटी बड़े कंफर्टेबल फील करदे, क्योंकि पिक सोसाइटी एक यू नो रिप्यूटेड ऑर्गेनाइजेशन है, कदी किसी ने इहदे वल उंगल नहीं कीती, कदी कोई ऐसी गल नहीं हुई, ते हर एक नूं उहदी डोनेशन रसीट भी मिलदी है। ते चैक किहड़े नां ते लिखण जिन्हां ने चैक लिखे नां ते लिखदे पिक्स दे नां ते लिखना, थल्ले मैमो च पा देन डोनेशन फॉर GNDV प्रोजेक्ट, गुरु नानक डाइवर्सिटी विलेज प्रोजेक्ट, ते टैक्स रसीट जिहड़ी ना डोनेशन रसीट भी मिलेगी, ताकि जदों उहनां इनकम टैक्स भरना। सो जिहड़ी डोनेशन रसीट दित्ती जाएगी उह सेम टाइम दित्ती जाएगी जां की ईमेल कीती जाएगी? उह बाद च भेजणी है, सारियां इनफॉर्मेशन लै के जिहड़ा ईमेल देगा, क्योंकि जिन्ने पलज कार्ड भरना ना उत्ते जिद्दां उह कहेगा उस हिसाब नाल उहनां नूं असीं ईमेल करनी, ईमेल कर सकदे हां, मेल भी कर सकदे हां, जे उह पिकअप करनी जाते हैं, कईयों नूं हुंदा कि नहीं सानूं हुणे चाहीदी है, पिकअप करके लै जाते हैं। हाँ जी, पर हर ऑप्शन अवेलेबल है जी। तो की कम्यूनिटी नूं मैसेज देना चाहते हैं, तुसीं की कहना चाहते हैगे 19 तरीक नूं, किस तरह कम्यूनिटी अपना सहयोग दे सकती है, तो की तुसीं कहोगे मैसेज की होगा तुहाडा? मैसेज देखो जी, असीं तो हाथ जोड़ के सारी कम्यूनिटी नूं यही रिक्वेस्ट करनी है भी गुरु साहब दे जिहड़ा अपना बड़ा पवित्र दिहाड़ा है, उदन जे उन्हों का मन मानता है तो जरूर सानू डोनेशन देन। $13 तो असं शुरू करते हैं, $13 छोड़ो, जे किसी ने 13 सेंट भी देने सानू वो भी मंजूर, कईयों ने किया पिछली बार
$100 ਦੇ ਨਾਲ 13 ਸੈਂਟ ਲਾ ਤੇ ਚੈੱਕ ਦੇ ਨਾਲ ਸੋ ਜਾਂ ਕਾਰਡ ਦੇ ਨਾਲ 13 ਸੈਂਟ ਕਿਉਂ 13 ਜਿਹੜਾ ਨਾਂ ਆ ਨਾ ਹੁਣ ਮੈਂ ਇੱਕ ਬਹੁਤ ਸਾਡਾ ਵੱਡਾ ਡੋਨਰ ਕੱਲ੍ਹ ਆਉਣਾ ਅਤੇ ਉਹਨਾਂ ਨੂੰ ਵੀ 13 ਵਿੱਚ ਐਡਜਸਟ ਕਰਦਿਆਂ ਮੈਂ ਹੈਰਾਨ ਸੀ ਵੀ ਕਿੰਨਾ ਪਿਆਰ ਨਾਲ ਉਹਨਾਂ ਨੇ ਉਹਨੂੰ ਐਡਜਸਟ ਕੀਤਾ ਵਿੱਚ ਅਤੇ ਉਹ ਇੱਦਾਂ ਹੀ ਹੈ ਵੀ ਹਰ ਇੱਕ ਦਾ ਮਨ ਜਿਹੜਾ ਰੂਹ ਉਹਨਾਂ ਦਾ ਹੱਥ ਵੀ 13 ਜ਼ਰੂਰ ਰੈਜ਼ੋਨੇਟ ਹੋਏ। ਅੱਛਾ ਸਤਵੀਰ ਜੀ, ਵੈਸੇ ਤਾਂ ਮੈਂ ਤੁਹਾਨੂੰ ਲਾਸਟ ਮੈਸੇਜ ਕਹਿ ਰਹੀ ਸੀ ਪਰ ਹੁਣ ਤੁਸੀਂ ਡੋਨਰ ਦੀ ਗੱਲ ਕੀਤੀ ਕਿ ਤੁਹਾਡੇ ਇੱਕ ਡੋਨਰ ਅਤੇ ਕਈ ਲੋਕ ਡੋਨਰ ਹੁੰਦੇ ਆ ਪਰ ਉਹ ਚਾਹੁੰਦੇ ਨਹੀਂ ਪਬਲਿਕਲੀ ਅੱਗੇ ਆਉਣਾ, ਇਹੋ ਜਿਹਾ ਵੀ ਡੋਨਰ ਸਾਡੀ ਕਮਿਊਨਿਟੀ 'ਚ ਹੈ? ਹਾਂਜੀ ਬੜੇ ਨੇ ਜਿਹੜੇ ਕਹਿ ਦਿੰਦੇ ਜੀ ਅਨੋਨਿਮਸ ਸਾਡਾ ਨਾਂ ਨਹੀਂ ਬੋਲਣਾ ਚਾਹੀਦਾ, ਅਸੀਂ ਪੈਸੇ ਦਾਂਗੇ ਪਰ ਵੀ ਡੋਂਟ ਵਾਂਟ ਐਨੀ ਰੈਕੋਗਨੀਸ਼ਨ ਐਂਡ ਵੀ ਐਪਰੀਸ਼ੀਏਟ ਐਂਡ ਯੂ ਨੋ ਰਿਸਪੈਕਟ ਦੈਟ, ਉਹਨਾਂ ਦੀ ਆਪਣੀ ਤਮੰਨਾ ਹੈ ਪਰ ਇਹ ਵੀ ਸਾਡਾ ਫਿਰ ਵੀ ਕਿਤੇ ਨਾ ਕਿਤੇ ਜੀ ਕਰਦਾ ਵੀ ਇਹਨਾਂ ਦਾ ਨਾਂ ਜ਼ਰੂਰ ਆਏ, ਸੋ ਅਸੀਂ ਕੋਸ਼ਿਸ਼ ਕਰਨੀ ਵੀ ਸਾਰੇ ਸਾਡੇ ਵੈਬਸਾਈਟ 'ਤੇ ਨਾਂ ਜਿਹੜੇ ਪੈ ਜਾਣ। ਹੁਣ ਰੀਸੈਂਟਲੀ ਪਿਛਲੇ ਹਫ਼ਤੇ ਦੇ ਨਾ ਕਾਫੀ ਸਰਗਰਮੀ ਹੋਈ ਹੈ, ਸਾਡੇ ਕੋਲ ਆ ਕੇ ਸਾਰੇ ਪਲੈਜ ਕਰ ਰਹੇ ਨੇ ਵੀ ਅਸੀਂ ਉਦਣ ਦੇਣਾ ਜੇ ਅਸੀਂ ਹੋ ਸਕਦਾ ਉਦਣ ਨਾ ਪਹੁੰਚ ਸਕੀਏ ਮਿਸ ਹੋ ਜੇ ਤਾਂ ਆਹ ਸਾਡਾ ਉਸ ਦਿਨ ਲਈ ਕਾਊਂਟ ਕਰ ਲਓ। ਅਤੇ ਜਿਹੜੇ ਆਉਣਗੇ ਕਈ ਡੋਨਰ ਆ ਉਹਨਾਂ ਦੇ ਕੋਲ ਉਹ ਆਪਣਾ ਮੈਸੇਜ ਵੀ ਦੇ ਸਕਦੇ ਕਿਉਂਕਿ ਇਸ ਤੋਂ ਅਗਲੇ ਦਿਨ ਉਸੇ ਦਿਨ ਹੀ ਗੁਰੂ ਸਾਹਿਬ ਦਾ ਆਗਮਨ ਪੁਰਬ ਆ ਅਤੇ ਅਗਲੇ ਦਿਨ ਨਗਰ ਕੀਰਤਨ ਆ, ਸੋ ਉਹ ਟੀਵੀ 'ਤੇ ਆ ਕੇ ਜੇ ਕੋਈ ਤੁਹਾਡੇ ਡੋਨਰ ਚਾਹੁੰਦੇ ਆ ਤਾਂ ਉਹ ਆਪਣਾ ਮੈਸੇਜ ਵੀ ਦੁਨੀਆ ਨੂੰ ਦੇ ਸਕਦੇ ਆ, ਹੋਰਾਂ ਨੂੰ ਅਪੀਲ ਵੀ ਕਰ ਸਕਦੇ ਆ। ਬਿਲਕੁਲ, ਉਹ ਸਾਡੇ ਕੋਲ ਕਾਫੀ ਸਪੀਕਰ ਨਾ ਆਲਰੇਡੀ ਲਾਈਨਡ ਅਪ ਨੇ ਕਿਉਂਕਿ ਤੁਹਾਨੂੰ ਪਤਾ ਹੈ ਟਾਈਮ ਮਿੰਟੋ ਮਿੰਟ ਨਿਕਲ ਜਾਂਦਾ। ਜੀ ਜੀ ਜੀ। ਅਤੇ ਉਹ ਕੁਛ ਸਾਡੇ ਜਿਹੜੇ ਹੁੰਦੇ ਆ ਇਲੈਕਟਡ ਅਫੀਸ਼ੀਅਲਸ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਦੇ ਹਾਂ, ਜਿਵੇਂ ਪ੍ਰੀਮੀਅਰ ਸਾਹਿਬ ਦਾ ਮੈਸੇਜ ਆਉਣਾ ਹੀ ਆਉਣਾ ਅਤੇ ਮੇਅਰ ਸਾਹਿਬ ਨੇ ਬੋਲਣਾ, ਆਪਣੇ ਜਿਹੜੇ ਹੈਲਥ ਮਿਨਿਸਟਰ ਸਾਹਿਬ ਨੂੰ ਵੀ ਅਸੀਂ ਰਿਕੁਐਸਟ ਭੇਜੀ ਹੋਈ ਹੈ, ਜਿਹੜੇ ਹਾਊਸਿੰਗ ਮਿਨਿਸਟਰ ਨੇ ਉਹਨਾਂ ਨੂੰ ਵੀ ਬੋਲਣ ਆਉਣਾ, ਪਲੱਸ ਜਿਹੜੇ ਲੋਕਲ MLA ਉਹ ਤਾਂ ਐਕਸਪੈਕਟਡ ਹੀ ਹੁੰਦਾ ਵੀ ਉਹਨਾਂ ਨੇ ਜ਼ਰੂਰ ਆਉਣਾ, ਅਤੇ ਅਸੀਂ ਤਾਂ ਹੱਥ ਜੋੜ ਕੇ ਸਾਰਿਆਂ ਨੂੰ ਕਹਿੰਦੇ ਵੀ ਜਿਹੜਾ ਜਿਹੜਾ ਆ ਕੇ ਸਾਡੇ ਬਿਹਾਫ 'ਤੇ ਬਾਬਾ ਜੀ ਦੇ ਲਈ ਬਾਬਾ ਜੀ ਦੇ ਨਾਂ 'ਤੇ ਡੋਨੇਸ਼ਨ ਮੰਗ ਸਕਦਾ ਕਿਉਂਕਿ ਮੰਗਣਾ ਬਹੁਤ ਔਖਾ ਕੰਮ ਜੀ। ਬਿਲਕੁਲ ਠੀਕ ਹੈ, ਪਰ ਅਸੀਂ ਆਪਣੇ ਲਈ ਨਹੀਂ ਨਾ ਮੰਗ ਰਹੇ, ਅਸੀਂ ਤੇ ਕਮਿਊਨਿਟੀ ਦਾ ਕੰਮ ਆ, ਕਮਿਊਨਿਟੀ ਦੇ ਲਈ ਆ। ਮੈਂ ਆਪਣੇ ਨਾ ਇੱਦਾਂ ਪਿੱਛੇ ਜੇ ਇੱਕ ਇਵੈਂਟ ਸੀਗੀ ਉੱਥੇ ਗਿਆ ਹੋਇਆ ਸੀਗਾ ਅਤੇ ਮੇਰਾ ਇੱਕ ਪੁਰਾਣਾ ਕੁਲੀਗ ਮੈਨੂੰ ਮਿਲਿਆ ਅਤੇ ਮੈਂ ਕਿਹਾ ਯਾਰ ਇੱਦਾਂ ਆਹ ਕੰਮ ਅਸੀਂ ਕਰ ਰਹੇ ਹਾਂ, ਸਾਨੂੰ ਡੋਨੇਸ਼ਨ ਚਾਹੀਦੀ ਆ। ਕਹਿੰਦਾ ਭਾਅ ਜੀ ਦੱਸੋ ਕਿੰਨੀ ਚਾਹੀਦੀ ਹੈ, ਕੋਈ ਕਹਿੰਦਾ ਇੰਨਾ ਵਧੀਆ ਮੇਰਾ ਪਰਮਾਤਮਾ ਨੇ ਬਾਬਾ ਜੀ ਨੇ ਕੰਮ ਚਲਾਇਆ ਹੋਇਆ, ਖੁੱਲ੍ਹੇ ਦਿਲ ਨਾਲ ਮੰਗੋ, ਠੀਕ ਹੈ। ਅਗਲੇ ਦਿਨ ਮੈਂ ਕਹਿੰਦੀ ਅੱਜ ਨਹੀਂ, ਫਿਰ ਆਪਾਂ ਨਾ ਆਫਿਸ 'ਚ ਗੱਲ ਕਰਾਂਗੇ। ਉਹ ਅਗਲੇ ਦਿਨ ਆ ਗਿਆ ਅਤੇ ਕਹਿੰਦਾ ਦੱਸੋ ਆ ਇੰਨੇ ਦਾ ਮੈਂ ਚੈੱਕ ਲਿਖ ਦਿੰਦਾ। ਮੈਂ ਕਿਹਾ ਯਾਰ ਤੇਰੇ ਤੋਂ ਮੈਂ ਉਮੀਦ ਮੈਨੂੰ ਥੋੜ੍ਹੀ ਜ਼ਿਆਦਾ ਸੀ। ਕਹਿੰਦਾ ਲਓ ਇੰਨਾ ਕਰ ਦਿੰਦਾ। ਸੋ ਮਤਲਬ ਹਰ ਇੱਕ ਦੀ ਆਪਣੀ ਆਪਣੀ ਸ਼ਰਧਾ ਹੈ ਨਾ। ਅਤੇ ਉਹ ਕਹਿੰਦਾ ਭਾਅ ਜੀ ਤੁਸੀਂ ਕਿਹੜਾ ਆਪਣੇ ਲਈ ਮੰਗ ਰਹੇ ਜੇ, ਇਹ ਤਾਂ ਕਮਿਊਨਿਟੀ ਦੇ ਕੰਮ ਲਈ ਆ, ਕਮਿਊਨਿਟੀ ਦੇ ਕੌਜ਼ ਲਈ ਆ, ਇਸ ਕਰਕੇ ਹੁਣ ਰੱਬ ਨੇ ਮੇਰੇ ਕੰਮ 'ਚ ਬਰਕਤ ਪਾਈ ਹੈ ਅਤੇ ਮੇਰਾ ਫਰਜ਼ ਬਣਦਾ। ਮੈਂ ਕਿਹਾ ਵਾਕਈ ਵੀ ਦਿਸ ਦੈਟ ਮੇਕ ਸੈਂਸ। ਇਹੋ ਜਿਹੇ ਲੋਕ ਹੈ ਦੁਨੀਆਂ ਦੇ ਉੱਤੇ ਜਿਹੜੇ ਦਾਨ ਦਸਵੰਧ ਦਿੰਦੇ ਵੀ ਆ ਪਰ ਉਹ ਚਾਹੁੰਦੇ ਵੀ ਨਹੀਂ, ਗੁਪਤ ਵੀ ਰੱਖਣਾ ਚਾਹੁੰਦੇ ਆ। ਕਈ ਬਹੁਤ ਕਰਦੇ ਆ ਔਰ ਇਹੋ ਜਿਹੇ ਆਉਂਦੇ ਆ। ਕਈ ਵਾਰੀ ਮੈਨੂੰ ਯਾਦ ਆ ਕਿ ਇੱਕ ਫੰਡ ਰੇਜ਼ਿੰਗ ਕਿਤੇ ਹੋ ਰਿਹਾ ਸੀ, ਇੱਕ ਗਰੋਸਰੀ ਸ਼ੋਪਿੰਗ ਦੇ ਕਿਤੇ ਅਸੀਂ ਅੱਗੇ ਕਰ ਰਹੇ ਸੀ 7 ਫੂਡ ਦੇ, ਔਰ ਇੱਕ ਹੋਰ ਕਿਸੇ ਮੂਲ ਦੀ ਔਰਤ ਉਹ ਆਈ ਸਾਡੇ ਕੋਲ ਆ ਕੇ, ਉਹ ਕਹਿੰਦੀ ਤੁਸੀਂ ਵੀਜ਼ਾ ਕਾਰਡ ਲੈ ਲੈਂਦੇ? ਅਸੀਂ ਕਿਹਾ ਹਾਂਜੀ ਲੈ ਲੈਂਦੇ ਹਾਂ, ਮੇਰੇ ਖਿਆਲ ਕੈਂਸਰ ਦੇ ਲਈ ਫੰਡਿੰਗ ਕਰ ਰਹੇ ਸੀ। ਔਰ ਉਹ ਕਹਿੰਦੀ ਠੀਕ ਆ, ਅਤੇ ਅਸੀਂ ਸੋਚਿਆ $100-200 ਦੇਣਾ ਹੋਣਾ, ਅਸੀਂ ਕਿਹਾ ਕਿੰਨਾ ਅਮਾਊਂਟ ਭਰੀਏ? ਕਹਿੰਦੀ ਕਿੰਨਾ ਭਰਨ ਨੂੰ ਜੀ ਕਰਦਾ। ਮੈਂ ਕਿਹਾ ਜੀ ਇਟਸ ਅਪ ਟੂ ਯੂ, ਤੁਹਾਡੇ 'ਤੇ ਡਿਪੈਂਡ ਕਰਦਾ ਤੁਸੀਂ ਕਿੰਨਾ ਭਰਨਾ। ਅਤੇ ਉਹ ਕਹਿੰਦੇ ਕਿ ਤੂੰ ਇੱਦਾਂ ਕਰ 1 ਲਾ ਲਾ। ਮੈਂ ਕਿਹਾ $1? ਕਹਿੰਦੀ ਨਹੀਂ ਇਹਦੇ ਨਾਲ 1 ਹੋਰ ਲਾ ਲਾ, ਹੈ ਨਾ, ਸ਼ੀ ਇਜ਼ ਵੈਰੀ ਫਨੀ। ਅਸੀਂ ਕਿਹਾ ਠੀਕ ਹੈ ਜੀ। ਕਹਿੰਦੀ ਪਿੱਛੇ 3 ਹੋਰ ਜੀਰੂਆਂ ਲਾ ਦਿਓ, ਹੈ ਨਾ। ਅਸੀਂ ਕਿਹਾ ਠੀਕ ਹੈ ਜੀ। ਅਤੇ ਫਿਰ ਮੈਂ ਕਿਹਾ ਇਹ ਤਾਂ 11,000 ਹੋ ਗਿਆ ਨਾ। ਕਹਿੰਦੀ ਹਾਂ ਇੰਨਾ ਹੀ ਚਾਹੀਦਾ, ਇੰਨਾ ਹੀ ਪਾ ਦਿਓ। ਕਹਿੰਦੀ ਮੈਂ ਆਪਣੇ ਹਸਬੈਂਡ ਦੇ ਨਾਂ 'ਤੇ ਦੇਣਾ ਚਾਹੁੰਦੀ ਹਾਂ। ਕਹਿੰਦੀ ਉਹ ਵੀ ਕੈਂਸਰ ਦੇ ਨਾਲ ਹੀ ਇਸ ਦੁਨੀਆ ਤੋਂ ਗਿਆ ਸੀ। ਕਹਿੰਦੀ ਮੈਨੂੰ ਪਤਾ ਨਹੀਂ ਸੀ ਤੁਸੀਂ ਡੋਨੇਸ਼ਨ ਇਕੱਠੀ ਕਰਦੇ ਆ, ਮੈਂ ਤਾਂ ਗਰੋਸਰੀ ਸ਼ੋਪਿੰਗ ਕਰਨ ਆਈ ਸੀ, ਅਤੇ ਪਰ ਉਹ 11,000 ਦੇ ਕੇ ਚੱਲ। ਮੈਂ ਕਿਹਾ ਤੁਹਾਡਾ ਨਾਂ ਕੀ ਆ, ਰਸੀਦ ਕਿਹੜੇ ਨਾਂ 'ਤੇ? ਕਹਿੰਦੀ ਨੋ ਕਾਰਡ 'ਤੇ। ਕਹਿੰਦੀ ਨੋ ਮੈਨੂੰ ਕੋਈ ਰਸੀਦ ਨਾ ਘੱਲਿਓ, ਕੋਈ ਮੇਰਾ ਨਾਂ ਨਾ ਕੱਟਿਓ, ਕੁਛ ਨਾ, ਆਈ ਡੋਂਟ ਨੀਡ ਐਨੀਥਿੰਗ।
ਥੈਂਕ ਯੂ ਕਹਿੰਦੀ ਕਹਿ ਕੇ ਇੰਨਾ ਚਿਰ ਨਿਕਲ ਗਈ। ਕਈ ਵਾਰੀ ਤੁਸੀਂ ਇਹੋ ਜਿਹੇ ਲੋਕਾਂ ਤੋਂ ਬੜਾ ਕੁਝ ਸਿੱਖਦੇ ਵੀ ਆ। ਬਿਲਕੁਲ, ਕਿਉਂਕਿ ਮੋਹ ਹੈ ਹੀ ਨਹੀਂ ਪੈਸੇ ਦੇ ਨਾਲ, ਦੁਨੀਆਦਾਰੀ ਆ। ਸਾਨੂੰ ਆਪਣੀਆਂ ਨਿੱਜੀ ਜ਼ਰੂਰਤਾਂ ਦੇ ਲਈ ਚਾਹੀਦਾ ਆ ਅਤੇ ਕਮਿਊਨਿਟੀ ਦੇ ਕੰਮ ਹਮੇਸ਼ਾ ਆਉਣਾ ਚਾਹੀਦਾ। ਸੋ ਬੜੀਆਂ ਉਮੀਦਾਂ ਆ ਸਾਨੂੰ ਕਮਿਊਨਿਟੀ ਤੋਂ, ਅਤੇ ਜ਼ਰੂਰ 19 ਤਰੀਕ ਨੂੰ ਜਿਹੜਾ ਅਸੀਂ ਇਹ ਇੱਕ ਉਲੀਕਿਆ ਆ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਜਿਹੜਾ ਵਿਲੇਜ ਬਣ ਜਾ ਰਿਹਾ ਉਹਦੇ ਲਈ ਫੰਡਿੰਗ ਕਰਨੀ ਆ। ਸੋ ਪੂਰੀ ਉਮੀਦ ਹੈ ਜੀ, ਆਪਾਂ 13 ਲੱਖ ਨਹੀਂ, ਆਪਾਂ ਤਾਂ 13 ਲੱਖ ਤੋਂ ਵੱਧ ਦੀ ਉਮੀਦ ਰੱਖ ਕੇ ਚੱਲਾਂਗੇ। ਬਿਲਕੁਲ ਜੀ, ਉਹ ਤਾਂ ਬਾਬਾ ਜੀ ਦੀ ਕਿਰਪਾ, ਜੇ ਉਹਨਾਂ ਨੇ ਕਿਹਾ ਵੀ ਤੁਹਾਡੇ ਅੱਜ ਹੀ ਖਾਤੇ ਭਰ ਦੇਣੇ ਆ ਤੇ ਉਹ ਵੀ ਹੋ ਸਕਦਾ। ਬਿਲਕੁਲ ਜੀ, ਅਸੀਂ ਗੁਰੂ ਨਾਨਕ ਦੇਵ ਜੀ ਦੇ ਲਈ ਅਸੀਂ ਪਿਛਲੇ ਸਾਲ ਕੋਵਿਡ ਦੇ ਦੌਰਾਨ ਅਸੀਂ 50 ਲੱਖ ਦਾ ਟੀਚਾ ਲੈ ਕੇ, ਮਾਫ਼ ਕਰਨਾ, 50,000 ਦਾ ਟੀਚਾ ਲੈ ਕੇ ਚੱਲੇ ਸੀ ਕਿ ਗੁਰੂ ਨਾਨਕ ਫੂਡ ਬੈਂਕ ਨੂੰ 50,000, ਤੇ ਸਾਨੂੰ ਪਤਾ ਹੀ ਨਹੀਂ 1,50,000 ਕਦੇ ਹੋ ਗਿਆ, ਮਿੰਟੋ ਮਿੰਟ ਹੋ ਜਾਂਦਾ, ਲਾਈਵ ਬੈਠਿਆਂ ਬੈਠਿਆਂ ਦੇ ਸਾਡੇ ਹੋ ਗਏ। ਪਰ ਇਸੇ ਤਰ੍ਹਾਂ ਉਮੀਦ ਹੈ ਜੀ, ਅਸੀਂ ਜ਼ਰੂਰ ਕਮਿਊਨਿਟੀ ਨੂੰ ਅਪੀਲ ਕਰਾਂਗੇ। ਪਰ ਥੈਂਕ ਯੂ ਤੁਸੀਂ ਆ ਕੇ ਆਪਣਾ ਸਮਾਂ ਦਿੱਤਾ, ਅਤੇ ਜ਼ਰੂਰ ਅਸੀਂ ਸ਼ੁੱਕਰਵਾਰ ਨੂੰ ਸਾਰੇ ਰਲ ਕੇ ਇਸ ਕਾਰਜ ਦੇ ਵਿੱਚ ਆਪੋ ਆਪਣੀ ਸੇਵਾ ਨਿਭਾਵਾਂਗੇ। ਥੈਂਕ ਯੂ ਜੀ ਤੁਹਾਡਾ ਆਉਣ ਦੇ ਲਈ। ਥੈਂਕ ਯੂ ਭੈਣ ਜੀ, ਅਤੇ ਅਗੇਨ ਸਾਰੇ ਸੁਣਨ ਵਾਲਿਆਂ ਦੇ ਬਹੁਤ ਬਹੁਤ ਥੈਂਕਸ ਤੁਹਾਡਾ ਸਾਥ ਦੇਣ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਤੁਸੀਂ ਸਕਰੀਨ 'ਤੇ ਥੱਲੇ ਦੇਖ ਵੀ ਰਹੇ ਹੋ, ਇਨਫੋਰਮੇਸ਼ਨ ਆ ਰਹੀ ਆ, ਨੰਬਰ ਆ ਰਿਹਾ ਕਿ ਇਹਨਾਂ ਨੰਬਰਾਂ 'ਤੇ ਤੁਸੀਂ ਫੋਨ ਕਰ ਸਕਦੇ ਹੋ, ਵੈਬਸਾਈਟ ਆ ਰਹੀ ਆ, ਈਮੇਲ ਆ ਰਹੀ ਹੈਗੀ ਆ। ਸੋ 19 ਤਰੀਕ ਨੂੰ, ਦਿਨ ਸ਼ੁੱਕਰਵਾਰ ਦਾ ਆ, ਸਵੇਰੇ 7 ਵਜੇ ਲਾਈਵ ਸ਼ੁਰੂ ਹੋ ਜਾਵੇਗੀ, ਜਿਸ ਦੇ ਵਿੱਚ ਸਾਂਝਾ ਟੀਵੀ ਦੇ ਹੋਸਟ ਅਤੇ ਕਨੈਕਟ ਐਫ ਐਮ ਰੇਡੀਓ ਦੇ ਹੋਸਟ, ਰੇਡੀਓ 'ਤੇ ਵੀ ਰੇਡੀਓ ਥੋਨ ਚੱਲੇਗਾ ਅਤੇ ਟੀ ਵੀ ਥੋਨ ਵੀ ਚੱਲੇਗਾ। ਸੋ ਦੋਨੇ ਸਾਈਡ ਬਾਏ ਸਾਈਡ ਜਿਹੜੇ ਚੱਲਣਗੇ, ਅਤੇ ਸਵੇਰ ਦੇ 7 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਜਿਹੜਾ ਇਹ ਲਾਈਵ ਰਹੇਗਾ, 13 ਘੰਟੇ ਲਾਈਵ। ਅਤੇ ਕੋਸ਼ਿਸ਼ ਆ ਕਿ ਗੁਰੂ ਸਾਹਿਬ ਦੇ ਇਸ ਉਲੀਕੇ ਹੋਏ ਜਿਹੜਾ ਇੱਕ ਪ੍ਰੋਜੈਕਟ ਜਿਹੜਾ ਇਹਨਾਂ ਨੇ ਸ਼ੁਰੂਆਤ ਕੀਤੀ ਆ, ਔਰ 5 ਮਿਲੀਅਨ ਕਮਿਊਨਿਟੀ ਨੇ ਇਕੱਠਾ ਕਰਨਾ ਅਤੇ ਬਾਕੀ ਜਿਹੜਾ ਗੌਰਮੈਂਟ ਵੱਲੋਂ ਫੰਡਡ ਹੋਣਾ। ਸੋ ਆਓ ਰਲ ਕੇ ਅਸੀਂ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਦੇ ਲਈ ਆਪਣਾ ਦਸਵੰਧ ਕੱਢੀਏ। ਤਰੀਕ ਜ਼ਰੂਰ ਯਾਦ ਰੱਖਿਓ, ਸ਼ੁੱਕਰਵਾਰ ਅਸੀਂ ਤੁਹਾਨੂੰ ਯਾਦ ਕਰਵਾਉਂਦੇ ਰਹਾਂਗੇ। ਤੁਸੀਂ ਸਾਂਝਾ ਟੀ ਵੀ ਨਾਲ ਹਮੇਸ਼ਾ ਹੀ ਸਾਥ ਦਿੰਦੇ ਹੋ, ਬੜੇ ਲੰਬੇ ਸਮੇਂ ਤੋਂ ਸਾਡਾ ਤੁਹਾਡੇ ਨਾਲ ਸਾਥ ਆ, ਅਤੇ ਤੁਹਾਡੇ ਤੋਂ ਸਾਨੂੰ ਬਹੁਤ ਉਮੀਦਾਂ ਆ। ਤੁਸੀਂ $13, $113, $213, ਜਿੰਨੇ ਤੁਹਾਡਾ ਦਿਲ ਕਰਦਾ, ਤੁਸੀਂ ਜ਼ਰੂਰ ਇਸ ਨੇਕ ਕੰਮ ਦੇ ਵਿੱਚ ਆਪਣਾ ਦਸਵੰਧ ਜ਼ਰੂਰ ਪਾਇਓ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਦਸਵੰਧ ਕੱਢਦੇ ਹਾਂ, ਗੁਰੂ ਸਾਹਿਬ ਨੇ ਪਿਰਤ ਪਾਈ ਆ, ਉਸ ਦਸਵੰਧ ਨੂੰ ਕਿੱਥੇ ਲਾਉਣਾ ਇਹ ਸਾਡੇ ਹੱਥ 'ਚ ਆ। ਆਓ ਅਸੀਂ ਇਸ ਸ਼ੁਭ ਦਿਹਾੜੇ 'ਤੇ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਵਾਲੇ ਦਿਨ, ਅਸੀਂ ਆਪਣਾ ਦਸਵੰਧ ਇੱਕ ਚੰਗੇ ਕੰਮ ਦੇ ਵਿੱਚ ਲਾਈਏ, ਅਤੇ ਕਮਿਊਨਿਟੀ ਨੂੰ ਬੜਾ ਮਾਣ ਅਤੇ ਬੜਾ ਪ੍ਰਾਊਡ ਮਹਿਸੂਸ ਹੋਵੇਗਾ ਕਿ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਇੱਕ ਵਿਲੇਜ ਬਣ ਜਾ ਰਿਹਾ, ਜਿੱਥੇ ਬਜ਼ੁਰਗਾਂ ਨੂੰ ਘਰ ਵਰਗਾ ਮਾਹੌਲ ਮਿਲੇਗਾ। ਕੋਈ ਨਹੀਂ ਚਾਹੁੰਦਾ ਕਿ ਜਦੋਂ ਸਾਡੇ ਬਜ਼ੁਰਗ ਜਾਂਦੇ ਆ ਇਹਨਾਂ ਘਰਾਂ ਦੇ ਵਿੱਚ, ਤਾਂ ਲੈਂਗੁਏਜ ਨਹੀਂ ਆਉਂਦੀ, ਆਪਣਾ ਪਹਿਰਾਵਾ ਨਹੀਂ ਪਾ ਸਕਦੇ, ਖਾਣਾ ਨਹੀਂ ਉਹਨਾਂ ਦੇ ਮਨ ਪਸੰਦ ਦਾ ਹੁੰਦਾ। ਸੋ ਇੱਕ ਅਜਿਹਾ ਵਿਲੇਜ ਬਣਾਇਆ ਜਾਣਾ ਗੁਰੂ ਨਾਨਕ ਦਾ, ਉਹ ਹਰ ਇੱਕ ਦੇ ਲਈ ਖੁੱਲ੍ਹਾ ਆ, ਕਿਸੇ ਕਮਿਊਨਿਟੀ ਦਾ ਲੋਕ ਹੋਵੇ, ਕਿਸੇ ਵੀ ਧਰਮ ਦੇ, ਕਿਸੇ ਵੀ ਜਾਤ ਦੇ, ਕੋਈ ਵੀ ਹੋਵੇ, ਕਿਉਂਕਿ ਕੋਈ ਜਾਤ ਪਾਤ ਦਾ ਤਾਂ ਫਰਕ ਹੀ ਹੈ ਨਹੀਂ ਨਾ, ਉਹ ਸਾਰਿਆਂ ਦੇ ਲਈ ਇੱਕ ਇਹੋ ਜਿਹਾ ਵਿਲੇਜ ਹੋਵੇਗਾ ਗੁਰੂ ਨਾਨਕ ਦੇਵ ਜੀ ਦੇ ਲਈ, ਕਿਉਂਕਿ ਗੁਰੂ ਨਾਨਕ ਦੇਵ ਜੀ ਤਾਂ ਸਾਰਿਆਂ ਦੇ ਸਨ, ਉਹ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਸੀ, ਉਹ ਸਾਰਿਆਂ ਦੇ ਸੀ। ਸੋ ਉਹਨਾਂ ਦੇ ਨਾਂ 'ਤੇ ਜਿਹੜਾ ਇਹ ਉਲੀਕਿਆ ਗਿਆ ਇੱਕ ਪ੍ਰੋਜੈਕਟ ਆ, ਇਹਨੂੰ ਪੂਰਾ ਕਰਨ ਦੇ ਲਈ ਸਾਡਾ ਕਮਿਊਨਿਟੀ ਦਾ, ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਸ ਕੰਮ ਦੇ ਵਿੱਚ ਆਪਣਾ ਦਸਵੰਧ ਜ਼ਰੂਰ ਪਾਈਏ। ਸੋ ਸ਼ੁੱਕਰਵਾਰ ਸਾਨੂੰ ਤੁਹਾਡੀਆਂ ਫੋਨ ਕਾਲਸ ਦਾ ਇੰਤਜ਼ਾਰ ਰਹੇਗਾ। ਤੁਸੀਂ ਸਾਡੇ ਸਟੂਡੀਓ 'ਚ ਵਾਕ ਇਨ ਕਰਕੇ ਆ ਸਕਦੇ ਹੋ, ਤੁਸੀਂ ਕਨੈਕਟ ਐਫ ਐਮ ਦੇ ਸਟੂਡੀਓ 'ਚ ਜਾ ਸਕਦੇ ਹੋ, ਤੁਸੀਂ ਪਿਕਸ ਦੇ ਆਫਿਸ ਜਾ ਸਕਦੇ ਹੋ, ਵੈਬਸਾਈਟ 'ਤੇ ਜਾ ਕੇ ਡੋਨੇਸ਼ਨ ਦੇ ਸਕਦੇ ਹੋ, ਜਾਂ ਤੁਸੀਂ ਫੋਨ ਦੇ ਰਾਹੀਂ ਪਿਕਸ ਦੇ ਕੋਲੋਂ ਉਹਨਾਂ ਨੂੰ ਸਿੱਧੀ ਡੋਨੇਸ਼ਨ ਉੱਥੇ ਦੇ ਸਕਦੇ ਹੋ। ਦੁਨੀਆ ਦੇ ਕਿਸੇ ਕੋਨੇ 'ਚ ਵੀ ਹੋ, $13, $13, $13, $13, ਕੁਛ ਵੀ ਤੁਹਾਡਾ ਦਿਲ ਕਰਦਾ, ਉਸ ਦਿਨ ਜ਼ਰੂਰ ਆਪਣਾ ਦਸਵੰਧ ਕੱਢੋ। ਸਵੇਰੇ ਮੇਰੀ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ 10 ਵਜੇ ਤੋਂ ਲੈ ਕੇ 11 ਵਜੇ ਤੱਕ ਖਬਰਸਾਰ ਬਿਹਾਈਂਡ ਦਾ ਨਿਊਜ਼ ਵਿੱਚ। ਅਤੇ ਇੱਕ ਵਾਰ ਫਿਰ ਦੱਸਦੇ ਹਾਂ ਕਿ ਜਿਵੇਂ ਪਾਣੀ ਦੀ ਮਾਰ ਹੇਠਾਂ ਬਹੁਤ ਸਾਰੇ ਇਲਾਕੇ ਆਏ ਆ, ਜ਼ਿਲ੍ਹਾ ਵੈਕ ਐਬਸਫੋਰਡ ਹੋਪਾਲ ਦੇ ਏਰੀਏ 'ਚ ਬਹੁਤ ਲੋਕ ਉੱਥੇ ਸਟੱਕ ਹੋਏ ਆ, ਉਹਨਾਂ ਨੂੰ ਖਾਣ ਦੇ ਲਈ ਫੂਡ ਦੀ ਜ਼ਰੂਰਤ ਆ, ਜਿਹਦੇ ਵਿੱਚ ਬੱਚਿਆਂ ਨੂੰ ਦੁੱਧ ਦੀ ਬਹੁਤ ਲੋੜ ਆ। ਜ਼ਿਲ੍ਹਾ ਵੈਕ ਦੇ ਵਿੱਚ ਕੱਲ੍ਹ ਦੁੱਧ ਲੈ ਕੇ ਜਾਣਾ ਹੈਗਾ ਆ, ਅਤੇ ਹੋਰ ਵੀ ਬ੍ਰੈਡ ਆ, ਜਾਂ ਕੈਨ ਫੂਡ ਆ, ਜਾਂ ਸੀਰੀਅਲ ਆ, ਜਾਂ ਬੱਚਿਆਂ ਦੇ ਡਾਇਪਰਸ ਆ, ਬਲੈਂਕਿਟਸ ਆ, ਕੋਈ ਵੀ ਤੁਸੀਂ ਡੋਨੇਸ਼ਨ ਦੇਣਾ ਚਾਹੁੰਦੇ ਹੋ, ਤੁਸੀਂ ਸਾਂਝਾ ਟੀ ਵੀ ਦੇ ਸਟੂਡੀਓ ਆ ਸਕਦੇ ਹੋ, ਤੁਸੀਂ ਗੁਰੂ ਨਾਨਕ ਫੂਡ ਬੈਂਕ 'ਚ 68 ਅਤੇ 152 ਅਤੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਜਾ ਸਕਦੇ ਹੋ।
A1 स्पोर्ट्स दे अमरजीत सिंह टडवाल वीर जी होना नाल तुसी कॉन्टैक्ट कर सकते हो, तुसी मैनू फोन कर सकते हो। किसी तरह भी तुसी कोई भी दसवंध कढ़ना चाहते हो तो तुसी जरूर कढ़ो, ताकि जिहड़े इस वक्त जरूरतमंद लोग ने जिहड़ां दे घर पानी की मार हेठ आ गए आ ते उह शैल्टरां दे विच बैठे आ, उहनां नूं लोड़ आ साडी। आओ रल के असी अपने इस सोहणे जिहे मुल्क नूं होर खूबसूरत बनाईए, प्यार वंडीए, प्यार दे नाल रहीए। छोटी जी जिंदगी आ, हस खेड के इसे तरह गुजार लईए ते हमेशा वाहिगुरू का शुकराना करते रहिए कि जिन्ना दिता इन्ने विच सानूं सबर संतोख हुंदा रहे। सो फिर सवेरे मिलते हैं जी, तद तक तुसी रखियो ख्याल। देख रहे सारे ही परिवारों नूं बहुत ही सत्कार ते अदब सहित सत श्री अकाल जी।